ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਵ ਉਦਾਰ ਆਵ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨ ਕੈ ਸਾਥੀ ਸ਼ਰਨ ਯੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਵੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨਿਵਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਹੋਤ ਨਿਦਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਹਰ ਨ ਹੋਵੈ ਆਵਨ ਜਾਨ ਹਰ ਤਨ ਖਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮੁੰਦਰ ਸੀ ਏਕ ਦਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਤੇ ਜਮ ਤੇ ਛੂਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਣ ਨਾਨਕ ਤੇਆ ਜਿਸ ਮਨ ਵਸੈ ਸੋਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਜੀ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇ ਤਤ ਕਾਲੇ ਉਦਾਰ ਨਿਰਮਲ ਸ਼ੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਹੇ ਸੁਮਾਨ ਦੁਖ ਰੋਗ ਬਿਨ ਸੇ ਪੈ ਪਾਰਮ ਸਾਧ ਨਾਮ ਨਿਰਮਲ ਤਾਂ ਕੇ ਕਰ ਸਭ ਤੇ ਊਚ ਤਾਂ ਕੀ ਸ਼ੋਭਾ ਬਾਣੀ ਨਾਨਕ ਏ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਂ ਕੀ ਸ਼ੋਭਾ ਬਾਣੀ ਨਾਨਕ ਏ ਗੁਣ ਨਾਮ ਸੁਖਮਨੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੁਛ ਰਹਿਣ ਤਿਰ ਨਾਹੀ, ਕਰਨਾ ਕੁਛ ਰਹਿਣ ਤਿਰ ਨਾਹੀ। ਜੋ ਦਿਨ ਰਹਿਣ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਗੋਂ ਵੀ ਆਸ ਕਰਾਂਗੇ ਜਦੋਂ ਵੀ ਕਿਤੇ ਸਮਾਂ ਬਣਿਆ ਫਿਰ ਆਪ ਜੀ ਦੀ ਇਸੇ ਤਰ੍ਹਾਂ ਹੀ ਹਾਜ਼ਰੀ ਭਰਨਗੇ। ਆਓ, ਸਮਾਂ ਅੱਜ ਕੁਝ ਘੱਟ ਹੈ। ਉਪਜੈ ਨਿਪਜੈ ਨਿਪ ਸਮਾਹੀ, ਨੈਨੋ ਦੇਖਤ ਇਹ ਜਗ ਜਾਹੀ, ਟੇਕ ਹੈ ਅੰਤ ਕੀ ਵਾਰ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਿਛ ਹੈ ਸੋ ਤੇਰਾ,
ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਕਿਆ ਲੱਗੇ ਮੇਰਾ ਆਓ ਗੁਰੂ ਪਿਆਰੀ ਸਾਸਕ ਜੀਓ ਸਾਰੇ ਮਨ ਬਿਰਤੀਆਂ ਕਾਗਰ ਕਰੀਏ ਅਤੇ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਅੰਤ ਕੀ ਬਾਰ ਨਹੀਂ ਕੁਛ ਤੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ ਲਾਜ ਨਾ ਮਰੋ ਘਰ ਮੇਰਾ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ ਨਹੀਂ ਕੁਛ ਤੇਰਾ ਨਹੀਂ ਕੁਛ ਤੇਰਾ ਉਪਜੈ ਨਿਪਜੈ ਨਿਪਜ ਸਮਾਈ ਉਪਜੈ ਨਿਪਜੈ ਨਿਪਜ ਸਮਾਈ ਨੈਨੋ ਦੇਖਤ ਨੈਨੋ ਦੇਖਤ ਇਹ ਜਗ ਜਾਈ ਇਹ ਜਗ ਜਾਈ ਇਹ ਜਗ ਜਾਈ ਅੰਤ ਕੀ ਬਾਰ ਨਹੀਂ ਕੁਛ ਤੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ ਲਾਜ ਨਾ ਮਰੋ ਕਹੋ ਘਰ ਮੇਰਾ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕੁਛ ਤੇਰਾ ਨਹੀਂ ਕੁਛ ਤੇਰਾ ਨਹੀਂ ਕੁਛ ਤੇਰਾ ਅਨਕ ਜਤਨ ਕਰ ਕਾਇਆ ਪਾਲੀ ਅਨਕ ਜਤਨ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਅਗਨ ਸੰਗ ਜਾਲੀ ਅਗਨ ਸੰਗ ਜਾਲੀ ਅੰਤ ਕੀ ਬਾਰ ਨਹੀਂ ਕੁਛ ਤੇਰਾ
ਨਹੀਂ ਕੱਚ ਤੇਰਾ, ਨਹੀਂ ਕੱਚ ਤੇਰਾ। ਚੋਵਾ ਚੰਦਨ ਮਰਦਨ ਅੰਗਾ, ਚੋਵਾ ਚੰਦਨ ਮਰਦਨ ਅੰਗਾ, ਸੋਤਨ ਜਲੇ ਸੋਤਨ ਜਲੇ ਕਾਠ ਕੇ ਸੰਗ, ਨਹੀਂ ਕੱਚ ਤੇਰਾ। ਲਾਜ ਨਾ ਮਰੋ ਕਹੋ ਕਰ ਮੇਰਾ, ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਤ ਕੱਚ ਤੇਰਾ, ਨਹੀਂ ਕੱਚ ਤੇਰਾ। ਕਹੋ ਕਬੀਰ ਸੁਣੋ ਰੇ ਗੁਣੀ, ਕਬੀਰ ਸੁਣੋ ਰੇ ਗੁਣੀਆ, ਬਿਣਸ ਗੁਰੂਪ ਬਿਣਸ ਗੁਰੂਪ, ਦੇਖੇ ਸਭ ਦੁਨੀਆ ਦੇਖੇ ਸਭ ਦੁਨੀਆ ਦੇਖੇ ਸਭ ਦੁਨੀ, ਨਹੀਂ ਕੱਚ ਤੇਰਾ, ਨਹੀਂ ਕੱਚ ਤੇਰਾ, ਨਹੀਂ ਕੱਚ ਤੇਰਾ। ਅੰਤ ਕੀ ਬਾਰ ਨਹੀਂ ਕੱਚ ਤੇਰਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ, ਉਪਜੈ ਨਿਪਜੈ ਨਿਪਜ ਸਮਾਹੀ, ਨੈਨੋ ਦੇਖਤ ਇਹ ਜਗ ਜਾਈ। ਇਨਸਾਨ ਜੰਮਦਾ ਹੈ, ਵੱਡਾ ਹੁੰਦਾ ਹੈ, ਤਾਂ ਫਿਰ ਮਰ ਜਾਂਦਾ ਹੈ। ਅਸੀਂ ਸਾਰਾ ਨਜ਼ਾਰਾ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ। ਨੈਨੋ ਦੇਖਤ ਇਹ ਜਗ ਜਾਈ, ਸਾਡੇ ਸਾਹਮਣੇ ਸਾਡੇ ਰਿਸ਼ਤੇਦਾਰ ਮਿੱਤਰ ਭੈਣ ਭਰਾ ਸਭ ਜਾ ਰਹੇ ਨੇ। ਅਸੀਂ ਦੇਖ ਕੇ ਵੀ ਜਾਣ ਕੇ ਅਣਜਾਣੇ ਬਣ ਜਾਂਦੇ ਹਾਂ ਕਿ ਅਸੀਂ ਕਿਹੜਾ ਕਦੀ ਜਾਣਾ ਇੱਥੇ, ਅਸੀਂ ਤਾਂ ਸ਼ਾਇਦ ਸਾਰੀ ਉਮਰ ਇੱਥੇ ਹੀ ਰਹਿਣਾ। ਸੱਚੇ ਪਾਤਸ਼ਾਹ ਸਮਝਾਉਣ ਦਾ ਯਤਨ ਕਰ, ਲਾਜ ਨਾ ਮਰੋ ਕਹੋ ਕਰ ਮੇਰਾ, ਉਹ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਇਹਨੂੰ ਪੇਕੇ ਘਰ ਨੂੰ ਪੱਕਾ ਘਰ ਹੀ ਬਣਾ ਲਿਆ ਹੈ। ਜਿੱਥੇ ਜਾਏ ਤੁਦ ਵਰਤਣਾ ਚਿਸਕੀ ਚਿੰਤਾ ਨਾ ਹੈ, ਉਹ ਜਿੱਥੇ ਜਾ ਕੇ ਤੂੰ ਵਰਤਣਾ ਹੈ ਉੱਥੇ ਦਾ ਤੈਨੂੰ ਖਿਆਲ ਹੀ ਭੁੱਲ ਗਿਆ।
अनक जतन कर ताया पाली, मरती बार अगन संग जाली। कहते हैं कि जिसनों सवार सवार के अपनी काया नू सारी इंसान सारी जिंदगी रखता है, अखीर नू वो साथ छड़ दिंदी है, तो फिर उसनू अग दे विच जलाया जाता है। अनेकां प्राणियां नाले शरीर जदों इंसान पालदा पोसदा है, पर मरण दे वेले सारा कुछ साड़ दिता जाता है। चूआ चंदन मर्दन अंगा, सो तन जलै काठ कै संगा। ओ दे जिसके भागा नू चन्नण दा असी अंतर मलदे हाँ, कई तरह के परफ्यूम छिड़कते हाँ, कई तरह दी असी उत्थे भेख करते हाँ, ते मुड़ के अंत विच हुंदा की है कि सारियां लकड़ी दे हवाले कर दित्तियां जांदियां हन। वो जो फिर अग लगती है वह मचदियां हन। कहो कबीर सुनो रे गुणिया, बिनसे गुरूप देखे सब दुनिया। कबीर जी आखदे मेरी गल सुनो, ए नेक बंदेओ, तेरी सुंदरता एक दिन नाश हो जाएगी। ये सारा जहान देख रहा है, लेकिन फिर भी असी समझण की कोशिश नहीं करते, क्योंकि जिस तरह एक इंसान खेती बीजदा है, हरी नहे ना डरडी पक्की वड्डन हार। हरी नहे ना डरडी पक्की वड्डन हार कहण तो भाव है जदों इंसान खेती बीजदा है, ये उसकी मर्जी है, चाहे कच्ची वड्ड लवे, चाहे अध कच्ची अध पक्की वड्ड लवे, तो फिर जदों पक गई फिर तो वड्डनी है। तो कहण दा भाव बुढ़ापे विच तां फिर इंसान ने जाना ही है, पर उदों देर हो जाती है जिहड़े नाम नहीं जपदे, जिहड़े गुरु का ओट आसरा जवानी विच लै लैंदे हन, फिर उन्हां दा मरना भी सौखा हो जाता है। फिर वह मरण तो डरते नहीं, वह फिर कहते हैं जिस मरने ते डग जरे मेरे मन आनंद। क्योंकि जिहदे कोल नाम की दौलत है उन्होंने कोई टेंशन नहीं, भावें जवानी च लै जाओ भावें बचपन च लै जाओ, बुढ़ापे विच तां फिर जाना ही है, क्योंकि नाम जपण की कोई उम्र नहीं हुंदी। लेकिन जे बचपन च जपया होया नाम, जवानी विच जपया होया नाम, अंत वेले फिर काम आता है। क्योंकि बुढ़ा हुआ शेख फरीद कंबन लगी दे, फिर जदों बंदा बुढ़ा हो जाता है फिर तो वाहिगुरु, फिर वाहिगुरु भी नहीं सही निकलता। फिर कहण दा भाव है कि जे जवानी विच इंसान ने उस अकाल पुरख का नाम जपया होएगा तो फिर उसके काम आएगा। समा थोड़ा है, आओ एक छोटा जा शब्द और कह के उस तो बाद फिर ज्ञानी जनक सिंह जी ने तकरीबन अद्धा घंटा कीर्तन करना है, तकरीबन पौने 10 बजे तक यह सारा प्रोग्राम चलना है, उस तो बाद फिर अगला प्रोग्राम नाल नाल आप जी दसिया जाएगा। आओ सारे शब्द श्रवण करिए, क्योंकि अपने कोल कुछ भी नहीं, उस अकाल पुरख की बाणी है, ते बाणी नाल ही उस विछड़ी हुई आत्मा नू आपां श्रद्धांजलि भेट करनी है। देहो सजन सीसणिया जो होवे साहिब सो मेल। आओ सारे रल मिल के शब्द सुन करे। देहो सजन सीसणिया, देहो सजन असी सड़ियां, देहो सजन असी सड़ियां, जो होवे साहेब स्यों मेल, जो होवे साहेब स्यों मेल, देहो सजन सड़ियां। वाहे गुरु 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 वाहे
ਵਾਹਿਗੁਰੂ ਵਾਹਿਗੁਰੂ ਦੇਹੋ ਸੱਜਣ ਅਸੀਂ ਸੜੀਆਂ ਦੇਹੋ ਸੱਜਣ ਅਸੀਂ ਸੜੀਆਂ ਸੰਬਤ ਸਾਹਿਬ ਲਿਖਿਆ ਸੰਬਤ ਸਾਹਿਬ ਲਿਖਿਆ ਮਿਲ ਕਰ ਪਾਵੋ ਤੇਲ ਮਿਲ ਕਰ ਪਾਵੋ ਤੇਲ ਜੇ ਹੋ ਸੱਜਣ ਅਸੀਂ ਸੜੀਆਂ ਦੇ ਹੋ ਸੱਜਣ ਅਸੀਂ ਸੜੀਆਂ ਜਹੋਂ ਵੇ ਸਾਹਿਬ ਸਿਓਂ ਮੇਲ ਦੇ ਹੋ ਸੱਜਣ ਅਸੀਂ ਸੜੀਆਂ ਦੇ ਹੋ ਸੱਜਣ ਅਸੀਂ ਸੜੀਆਂ ਨਿਤ ਨਿਤ ਜੀਅੜੇ ਸੰਭਾਲੀਆਂ ਨਿਤ ਨਿਤ ਜੀਅੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤੇਰੇ ਦਾਨੇ ਕੀਮਤ ਨਾ ਪਵੇ ਜਿਸ ਦਾਤੇ ਕਵਨ ਸਮਾਰ ਦੇ ਹੋ ਸੱਜਣ ਅਸੀਂ ਸੜੀਆਂ ਦੇ ਹੋ ਸੱਜਣ ਅਸੀਂ ਸੜੀਆਂ ਵਾਹਿਗੁਰੂ 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 ਕਰੋ ਕਿਰਪਾ ਵਾਹਿਗੁਰੂ 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 ਦੇ ਹੋ ਸੱਜਣ ਅਸੀਂ ਸੜੀਆਂ ਘਰ ਕਰਿਏ ਹੋ ਪਹੁੰਚਾ ਘਰ ਕਰਿਏ ਹੋ ਪਹੁੰਚਾ ਘਰ ਕਰਿਏ ਹੋ ਪਹੁੰਚਾ ਸਦੜੇ ਨਿਤ ਨਿਤ ਪਵਨ ਸਤਨ ਹਾਰਾ ਸਿਮਰੀਏ ਸਤਨ ਹਾਰਾ ਸਿਮਰੀਏ ਨਾਨਕ ਸੇ ਦੇ ਅਮਾਨ ਦੇ ਸੱਜਣ ਅਸੀਂ ਸੜੀਆਂ ਦੇ ਹੋ ਸੱਜਣ ਅਸੀਂ ਸੜੀਆਂ ਦੇ ਹੋ ਸੱਜਣ ਅਸੀਂ ਸੜੀਆਂ
ਇੰਨੀ ਖਾਜ਼ੇ ਪ੍ਰਵਾਨ ਕਰਨੇ। ਬੋਲਦਿਆਂ ਦਾਸਾਂ ਕੋਲੋਂ ਬੇਅੰਤੀ ਗਲਤੀਆਂ ਹੋ ਗਈਆਂ, ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਟੀ ਕਾ ਕਿਆ ਧੋਪੈ ਸੁਵਾਮੀ, ਮਾਨਸ ਕੀ ਗਤ ਏਗੀ, ਮਾਨਸ ਕੀ ਗਤ ਏਗੀ। ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ, ਜਾ ਕੈ ਜੀ ਪਰਾ। ਡੰਡਾਤ ਵੰਦਨ ਅਨਕਵਾ, ਸਰਵ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਇੱਕ ਮਿੰਟ ਵਾਸਤੇ ਸਿਮਰਨ, ਸਾਰੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੋਵੇ ਤਾਂ ਮਨ ਦੀ ਇਕਾਗਰਤਾ ਜ਼ਰੂਰੀ ਹੈ। ਆਓ ਮਨ ਵਿਰਤੇ ਨੂੰ ਇਕਾਗਰਚਿਤ ਕਰਦੇ ਹੋਏ ਇੱਕ ਮਿੰਟ ਵਾਸਤੇ ਸਿਮਰਨ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਤੇਰੀ ਸ਼ਰਨ ਪੂਰਨ ਕਿਰਪਾਲਾ। ਜਿਸ ਪਰਮਾਤਮਾ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਇਹ ਮਨੁੱਖਾਂ ਦੇ ਬਖਸ਼ਿਸ਼ ਕੀਤੀ ਹੈ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਆਓ ਸਾਰੀ ਪਾਵਨ ਸ਼ਬਦ ਸਰਵਣ ਕਰੀਏ। ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ, ਤੇਰੀ ਸ਼ਰਨ ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ, ਤੇਰੀ ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ, ਤੇਰੀ ਸ਼ਰਨ ਵਿ
ਜੇਸਰ ਨਾਹੀਂ ਪ੍ਰਭ ਦੀਨ ਦਿਆਲਾ ਜਾਣਾ ਤੁਮ ਹੀ ਕੀਆ
ਬਿਸਰ ਨਾਹੀ ਪ੍ਰਭ ਦੀਨ ਦਿਆਲਾ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸ਼ਰਣ ਪੂਰਨ ਕਿਰਪਾਲਾ ਤੇਰੀ ਸ਼ਰਣ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਤੂੰ ਏਕੋ ਸਾਗਿਬ ਅਵਰ ਨਾ ਹੋਰ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਤੂੰ ਏਕੋ ਸਾਗਿਬ ਅਵਰ ਨਾ ਹੋਰ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਬਿਨੋ ਕਰੈ ਨਾਨਕ ਕਰ ਜੋਰ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਦੀਨ ਦਿਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਬਿਸਰ ਨਾਹੀ ਪ੍ਰਭ ਦੀਨ ਦਿਆਲਾ ਦੀਨ ਦਿਆਲਾ ਵਾਹਿਗੁਰੂ ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਰਾਮ ਨਾਮ ਗੁਣ ਗਾਏ ਲਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਆਓ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ ਤਾਂ ਕਿ ਉਹ ਪਰਮਾਤਮਾ ਹਰ ਵੇਲੇ ਸਾਨੂੰ ਸਹਾਈ ਹੋਵੇ ਬੇਨਤੀ ਹੈ ਕਿ ਥੋੜ੍ਹੀਆਂ ਸੰਗਤਾਂ ਅੱਗੇ ਹੋ ਕੇ ਕਿ ਬੈਠ ਜਾਣ ਕਿਉਂਕਿ ਸੰਗਤਾਂ ਹੋਰ ਆ ਰਹੀਆਂ ਹਨ ਬੇਨਤੀ ਕਿ ਸਾਰੀਆਂ ਸੰਗਤਾਂ ਥੋੜ੍ਹੀਆਂ ਅੱਗਾ ਕਿਉਂਕਿ ਬੈਠ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਾਵਨ ਸ਼ਬਦ ਰਾਮ ਨਾਮ ਗੁਣ ਗਾਏ ਲਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਤੇਰੀ ਉਹ ਪਰਮਾਤਮਾ ਹਰ ਵੇਲੇ ਰੱਖਿਆ ਕਰੇਗਾ ਜੇਕਰ ਅਸੀਂ ਉਸ ਪਰਮਾਤਮਾ ਨੂੰ ਧਿਆਉਣਾ ਕਰਾਂਗੇ ਆਓ ਸਾਰੀ ਰਲ ਮਿਲ ਕੇ ਪਾਵਨ ਸ਼ਬਦ ਰਾਮ ਨਾਮ ਗੁਣ ਗਾਏ ਲਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਰਾਮ ਨਾਮ ਗੁਣ ਗਾਏ ਲਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਸ਼ਨਾ ਕਹੈ ਹਰ ਸਿਮਰਤ ਤੇਰੀ ਲਾਜ ਰਹੈ ਹਰ
हर सिमरत जम कछ ना कहै राम नाम गुण गाए ले मीता हर सिमरत तेरी लाज रहै राम नाम गुण गाए ले मीता हर सिमरत तेरी लाज रहै हर सिमरत तेरी लाज रहै हर सिमरत जम कछ ना कहै हर सिमरत तेरी लाज रहै हर सिमरत जम कछ ना कहै राम नाम गुण गाए ले मीता हर सिमरत तेरी लाज रहै राम नाम गुण गाए ले मीता हर सिमरत तेरी लाज रहै तेरे काज ना ग्रह राजमाल तेरे काज ना बिखह जंजाल तेरे काज ना ग्रह राजमाल तेरे काज ना बिखह जंजाल इष्ट मीत जान सब छले इष्ट मीत सब चले हर हर नाम संग तेरे चले हर हर नाम संग तेरे चले हर सिमरत तेरी लाज रहै हर सिमरत जम कछ ना कहै हर सिमरत तेरी लाज रहै हर सिमरत जम कछ ना कहै राम नाम गुण गाए ले मीता हर सिमरत तेरी लाज रहै राम नाम गुण गाए ले मीता हर सिमरत तेरी लाज रहै हर सिमरत तेरी लाज रहै हर सिमरत जम कछ ना कहै हर सिमरत तेरी लाज रहै राम नाम गुण गाए ले मीता हर सिमरत तेरी लाज गुण गाए ले मीता हर सिमरत तेरी लाज रहै बिन हर सगल निरारथ काम सोए ना रूपा माटी दाम बिन हर सगल सोए ना रूपा माटी दाम दाम गुर का जबत गुर का शब्द जाप मन सुख गुर का मुखा उहा तेरो उजल मुखा हर सिमरत तेरी लाज रहै हर सिमरत तेरी लाज रहै हर सिमरत जम कछ ना कहै राम नाम गुण गाए ले मीता हर सिमरत हर सिमरत तेरी लाज रहै हर सिमरत तेरी लाज रहै हर सिमरत जम कछ ना कहै हर सिमरत तेरी लाज रहै हर सिमरत जम कछ ना कहै राम नाम गुण गाए ले मीता हर सिमरत तेरी लाज रहै
सिमरत तेरी लाज रवे। कर कर थके बड़े बडेरे किन्ही ना किए काज माया पूरे। कर कर थके बड़े बडेरे किन्ही ना किए काज माया पूरे। किन्ही ना किए काज माया पूरे। हर हर नाम जपे जन कोए हर हर नाम जपे जन कोए ताकिया सा पूरन होए ताकिया सा पूरन होए। हर सिमरत तेरी लाज रहे हर सिमरत जम कशना करे। हर सिमरत तेरी लाज रहे हर सिमरत जम कशना करे। राम नाम गुण गाए ले मीता हर सिमरत तेरी लाज रहे। राम नाम गुण गाए ले मीता हर सिमरत तेरी लाज रहे। हर सिमरत तेरी लाज रहे हर सिमरत जम कशना करे। हर सिमरत तेरी लाज रगे हर सिमरत जम कशना करे। राम नाम गुण गाए ले मीता हर सिमरत तेरी लाज रगे। राम नाम गुण गाए ले मीता हर सिमरत तेरी लाज रगे। हर भगतन को नाम आधार संति जीता जन्म अपार। हर भगतन को नाम आधार संति जीता जन्म अपार। हर संत करे सोई परवान हर संत करे सोई परवान। नानक दास ता कह कुर्बान नानक दास ता कह कुर्बान। हर सिमरत तेरी लाज रगे हर सिमरत जम कशना करे। हर सिमरत तेरी लाज रगे हर सिमरत जम कशना करे। राम नाम गुण गाए ले मीता हर सिमरत तेरी लाज रहे। राम नाम गुण गाए ले मीता हर सिमरत तेरी लाज रहे। हर सिमरत तेरी लाज रहे हर सिमरत जम कशना करे। हर सिमरत तेरी लाज रहे जम कशना करे। राम नाम गुण गाए ले मीता हर सिमरत तेरी लाज रहे। राम नाम गुण गाए ले मीता हर सिमरत तेरी लाज रहे। हर सिमरत तेरी लाज रहे हर सिमरत तेरी लाज रहे। हर सिमरत तेरी लाज रहे हर सिमरत तेरी लाज रहे। हर सिमरत तेरी लाज रहे। राम नाम गुण गाए ले मीता हर सिमरत तेरी लाज रहे। राम नाम गुण गाए ले मीता हर सिमरत तेरी लाज रहे। हर सिमरत तेरी लाज रहे हर सिमरत जम कशना करे।
हर सिमरत तेरी लाज रगै, हर सिमरत जम कछ ना करै। राम नाम गुण गाए लै मीता, हर सिमरत तेरी लाज रगै। राम नाम गुण गाए लै मीता, हर सिमरत तेरी लाज रगै। राम नाम गुण गाए लै मीता, हर सिमरत तेरी लाज, हर सिमरत तेरी लाज रहै। हर सिमरत जम कश ना करै, हर सिमरत तेरी लाज रहै। हर सिमरत जम कश ना कर, राम नाम गाए लै मीता, हर सिमरत ते लाज रहै। सो दसां इतनी सेवा प्रवान करनी, कीर्तन करदे हां, हुईयां भुलां गलतियां माफ। वाहिगुरु जी का खालसा, वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਦੇ ਸਾਹਮਣੇ ਭਾਈ ਹਰਚਰਨ ਸਿੰਘ ਜੀ ਅਤੇ ਭਾਈ ਬਲਵਿੰਦਰ ਸਿੰਘ ਜੀ ਤਕਰੀਬਨ 45 ਮਿੰਟ ਤੱਕ ਆਪ ਜੀ ਨੂੰ ਗੁਰਬਾਣੀ ਸੰਗਤ ਦੇ ਨਾਲ ਜੋੜਨਗੇ। ਸੋ ਇਸੇ ਤਰ੍ਹਾਂ ਹੀ ਪਿਆਰ ਦਾ ਸਬੂਤ ਦਿਓ, ਇਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਬਾਣੀ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਵਾਹਿਗੁਰੂ ਕਬੀਰ ਮਰਤਾ ਮਰਤਾ ਜਗਮੁਆ ਮਰ ਪੀਨਾ ऐसी मरनी जो मरे ऐसी मरनी जो मरे बोहर ना कबीर जिस मरने ते जग डरे जिस मरने ते जग डरे मेरे मन आनंद मरने ही ते पाये पूरन परमा ਆਓ ਗੁਰੂ ਰੂਪ ਸਾਧ ਸਿੰਘ ਜੀ ਸਾਰੇ ਰਲ ਮਿਲ ਕੇ ਸ਼ਬਦ ਗਾਇਨ ਕਰੀਏ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਹੈ ਰਾਗ ਸ੍ਰੀ ਰਾਗ ਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਕਹੋ ਨਾਨਕ ਬਾਂਹ ਲੁਡਾਈਏ ਸਾਰੇ ਰਲ ਮਿਲ ਕੇ ਸ਼ਬਦ ਗਾਇਨ ਕਰਨ ਦੀ ਕਿਰਪਾਲਤਾ ਕਰੋ ਜੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਅਛਲ ਛਲਾਈ ਨਹ ਛਲੈ ਨਹ ਕਾਉ ਕਟਾਰਾ ਕਰ ਸਕੈ ਅਛਲ ਛਲਾਈ ਨਹ ਛਲੈ ਨਹ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਤਿਉ ਰਹੈ ਲੋਭੀ ਕਾ ਜਿਉ ਟਲ ਪਲੈ ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜਿਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਬਿਨ ਤੇਲ ਦੀਵਾ ਕਿਉ ਜਲੈ ਬਿਨ ਤੇਲ ਦੀਵਾ
दुनिया सिर्फ कमाए
दरगाह बैसन पाए विच दुनिया सेव कमाए दरगाह बैसन पाए कहो नानक बाड़ाइए कहो नानक बाड़ाइए नानक बाड़ाइए कहो नानक बाड़ाइए विच दुनिया कृपा करो जी विच दुनिया सेव कमाए ता दरगाह बैसन पाए विच दुनिया सोकत जाने पीर पराई सोकत जाने पीर पराई जाके अंतर दर्द ना काई जाके सुकत जाने पीर पराई सुकत जाने पीर पराई जाके अंतर दर्द ना जाने पीर पराई जाके अंतर दर्द ना काई
सह की सार सुहागण जाने सह की सार सुहागण जाने तज अब मान सुख रलिया मान तज अब मान सुख रलिया मान तन मन देना अंतर राखे 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 अब रा देख सुने आया दुखिया दर्द
ਬਹੁਤ ਪਿਆਸ ਜਵਾਬ ਨਾ ਪਾਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰੱਬ ਦਾਸ ਸ਼ਰਨ ਪ੍ਰਭ ਤੇਰੀ ਕਹਿ ਰੱਬ ਦਾਸ ਸ਼ਰਨ ਪ੍ਰਭ ਤੇਰੀ ਤੇਰੀ ਸ਼ਰਨ ਪ੍ਰਭ ਤੇਰੀ ਸ਼ਰਨ ਪ੍ਰਭ ਤੇਰੀ ਸ਼ਰਨ ਪ੍ਰਭ ਤੇਰੀ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਕਰਗਤ ਮੇਰੀ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਾਣੋ ਤਿਉ ਕਰਗਤ ਮੇਰੀ ਜਿਉ ਜਾਣੋ ਤਿਉ ਕਰਗਤ ਪੀਰ ਪਰਾਈ ਜਾਂ ਕਹਿ ਅੰਤਰ ਦਰਦ ਨਾ ਕਾਈ ਜਾਂ ਕਹਿ ਅੰਤਰ ਦਰਦ ਨਾ ਪਾਈ ਜਾਂ ਕਹਿ ਅੰਤਰ ਦਰਦ ਨਾ ਕਾਈ ਜਾਂ ਕਹਿ ਅੰਤਰ ਦਰਦ ਨਾ ਕਾਈ ਪੀਰ ਪਰਾਈ ਸੁਖਤ ਜਾਣ ਪੀਰ ਪਰਾਈ ਸੁਖਤ ਜਾਣ ਪੀਰ ਪਰਾਈ ਗੁਰੂ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਅਸੀਂ ਸਾਰੇ ਰਲ ਮਿਲ ਕੇ ਬੈਠੇ ਹਾਂ ਇੱਕ ਸਾਡੇ ਵਿੱਚੋਂ ਸੱਜਣ ਸਰਦਾਰ ਕਿਰਪਾਲ ਸਿੰਘ ਜੋ ਇਸ ਦੇਸ਼ ਦੇ ਬਹੁਤ ਹੀ ਵੱਡੇ ਵਕੀਲ ਸਨ ਬਹੁਤ ਹੀ ਵੱਡੇ ਰਾਜਨੀਤਿਕ ਤੌਰ 'ਤੇ ਉਹਨਾਂ ਦੀ ਪਹਿਚਾਣ ਸੀ ਮਿਸਟਰ ਕਿਰਪਾਲ ਸਿੰਘ ਹੀ ਵਾਸ ਰਿਗਾਰਡਡ ਐਜ਼ ਵਨ ਆਫ ਦਾ ਬੈਸਟ ਲੋਇਰਸ ਇਨ ਦਾ ਕੰਟਰੀ He was regarded as one of the finer politicians in the country, practiced principle-based politics. We all know, we have heard all the accolades. Nobody has anything bad to say about him. That's the wonderful thing. He practiced for, I think, more than 40 years, very eminently in all the courts in the country, represented many, many people, and even his opponents have very, 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 very pleasant things to say about him, about his demeanor in court, about the way he presented his arguments. And just a few days ago, one of the finer judges in the country also came out with a wonderful accolade and said that Sardar Kirpal Singh was by far the best lawyer we've had. So we have all these glowing tributes, and today, in a small way, the Sikh community is gathered to pay our tribute to this great man. And a few days after he passed away, I was talking to a few people, and very wonderful things were said about Sardar Kirpal Singh. And someone said, even today, the same thing was repeated to me,
It is as if we have all lost a small part of us. We all regarded him as the person who represented us in arguments and in frontiers where some of us didn't dare venture into. And he represented, I think, what all of us wanted to be or would have liked to be. So, Sardar Harcharan Singh Ji and I, we are both lawyers. So, we are very thankful that we are given the opportunity to sing a few shabads at this wonderful tribute. And we thank the committee of Gurdwara Sahib Mendoab for giving us this opportunity. We have, I think all Sikh lawyers in the country regard Sardar Karpal Singh as the person who sets the benchmark. And I think in a small way all of us would have liked to emulate or would love to emulate some of the things that he has done. It's very difficult to emulate everything that he has achieved in a relatively short life. There was a tribute organized by the DAP some time ago where another lawyer, former chairman of the Bar Council, Dr. Ambiga Srinivasan, said that Sardar Karpal Singh lived up to the ideals and the measure set out in the Sri Guru Granth Sahib, set out by our gurus. I agree with her wholeheartedly. She quoted a small couplet from Sahib Sri Guru Granth Sahib Ji. The words that were interpreted by her at that tribute were, Sura so pehchani hai, jo lade deen ke het, purja purja katmare, kabu na chhade khet. This is a couplet by Bhagat Kabir Ji and enshrined by Guru Nanak Dev Ji in Sahib Sri Guru Granth Sahib Ji. He alone is known as a spiritual hero who fights in defense of the righteous or the virtuous, or virtues rather. Jo lade deen ke het. Deen meaning religion, taram. And what is taram? Collectively it represents ideals and virtues and principles that ultimately are going to bring us closer to Vaheguru, Paramatma. And Sardar Karpal Singh represented some of these wonderful virtues. I saw him having an immense amount of compassion in his heart. It is not easy, and many a lawyer will tell you, it is not easy to go out and make sacrifices to represent those who can, or some of whom cannot even pay you your fees, because we all are making a living from this profession. But I think Sardar Karpal Singh went beyond that, sacrificed, and in return, of course, Vaheguru Ji rewarded him in so many other ways. And he's got a wonderful family, and we wish on behalf of our Jatha, Prakash Kirtani Jatha, we wish his family, Bibi Gurmeet Kaur, his sons, three of them are lawyers, Gobind Singh Deo, Jagdeep and Ram Karpal, and his youngest son, I think his name is Man Karpal, yes. We wish them all the best. We hope that, I know it's not easy, because almost every day they are being, there's one tribute or another, they are as if it's they are reliving their loss. So we decided we won't say much, we'll do a lot of kirtan and we'll do some simran for them. To may Vaheguru bless them with some strength to get through this difficult moment. It is a very personal loss, not only for them, but I think for a lot of us. We'll sing this short sabat by Bhagat Kabir Ji. Anji, I forgot to mention his daughter, who's also a lawyer, Bibi Sangeet Kaur Deo. In fact, just a few days ago, she was handling a criminal matter in the KL High Court. I was quite surprised that she's there. And I was told that Sardar Karpal Singh was supposed to argue that case. And she was doing it. She was kind of handling the trial. Aao, sare ral milke, ye shabad padhiye. This is shabad by Bhagat Kabir Ji. Gagan tamama bajiyo, paryo nishane kao, khet do jo mandiyo surma, ab jujan ko dao, sura so pehchaniye jo lade deen ke het, purja purja kat mare kabhu na chade khet.
ਪੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਪੁਰਜਾਪੁਰ ਜਾ ਕੱਟ ਮਰੇ ਕਬੂ ਨ ਛਾੜੇ ਖੇਤ ਪੁਰਜਾਪੁਰ ਜਾ ਕੱਟ ਮਰੇ ਕਬੂ ਨ ਛਾੜੇ ਖੇਤ ਪੁਰਜਾਪੁਰ ਜਾ ਕੱਟ ਮਰੇ ਕਬੂ ਨ ਛਾੜੇ ਖੇਤ ਪੁਰ ਜਾ ਕੱਟ ਮਰੇ ਕਬੂ ਨ ਛਾੜੇ ਖੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਗਗਨ ਦਮਾਮਾ ਪਾਜਿਓ ਪਰਿਓ ਨਿਸ਼ਾਨੇ ਕਾ ਗਗਨ ਦਮਾਮਾ ਪਾਜਿਓ ਪਰਿਓ ਨਿਸ਼ਾਨੇ ਕਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਖੇਤ ਜਮਾਨਾ ਅਬ ਜੂਜਨ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਜੋਤੋ ਪ੍ਰੇਮ ਖਿਲਣ ਕਾਚਾ ਸਿਰ ਤਰ ਕਲੀ ਗਲੀ ਮੇਰੀਆ ਜੋਤੋ ਪ੍ਰੇਮ ਖਿਲਣ ਕਾਚਾ ਸਿਰ ਦੀ ਜੈ ਕਾਣ ਨਕੀ ਜੈ ਸਿਰ ਦੀ ਜੈ ਕਾਣ ਨਕੀ ਜੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਛਾੜੇ ਖੇਤ ਪੁਰਜਾਪੁਰ ਜਾ ਕੱਟ ਮਰੇ ਕਬੂ ਨ ਛਾੜੇ ਖੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਜੋ ਲੜੈ ਦੀਨ ਕੇਤ ਜੋ
ਗੁਰੂ ਰੂਪ ਸਾਧ ਸਿੰਘ ਜੀ ਥੋੜ੍ਹੇ ਸਮੇਂ ਦੇ ਲਈ ਅਸੀਂ ਸਿਮਰਨ ਦੇ ਵਿੱਚ ਜੁੜੀਏ ਵੀ ਗੁਰੂ ਡੂ ਦਾ ਮੂਲ ਮੰਤਰ ਗੁਰਮੰਤਰ ਜਾਪ ਫੋਰ ਸ਼ੋਰਟ ਵਾਇਲ ਐਂਡ ਵੈਲ ਵੀ ਰਿਮੈਂਬਰ ਸਰਦਾਰ ਕਿਰਪਾਲ ਸਿੰਘ ਵੀ ਮਸਟ ਨੋਟ ਫੋਰਗੇਟ ਹੀਸ ਵੈਰੀ ਲੋਇਲ ਕੰਪੈਨੀਅਨ ਵੀ ਆਲਵੇਜ਼ ਸੀ ਵਿਦ ਹਿਮ ਆਲ ਦਾ ਟਾਈਮ ਮਿਸਟਰ ਮਾਈਕਲ ਕੋਰਨੀਲੀਅਸ ਇਨ ਦਾ ਸਿੱਖ ਫੇਥ ਵੀ ਪ੍ਰੇ ਫੋਰ ਐਵਰੀ ਵਨ ਐਂਡ ਐਵਰੀ ਵਨਸ ਪ੍ਰੇਅਰ ਇਜ਼ ਐਕਸੈਪਟਡ ਬਿਫੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ we shall keep him in our hearts and prayers as well as we do the ardas later on let us do some simran for both of them wahe guru wahe guru wahe guru ji ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਇਤਨੀ ਸੇਵਾ ਪ੍ਰਵਾਨ ਕਰਨੀ ਬੋਲਦਿਆਂ ਬੇਅੰਤ ਗਲਤੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਸੁਰਗਵਾਸੀ ਸਰਦਾਰ ਕਿਰਪਾਲ ਸਿੰਘ ਜੀ ਦੀ ਮਿੱਠੀ ਯਾਦ ਵਿੱਚ, ਜੋ ਕਿ ਇੱਕ ਕਵੀ ਨੇ ਲਿਖਿਆ ਸੀ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸੁਰਗਵਾਸੀ ਸਰਦਾਰ ਕਿਰਪਾਲ ਸਿੰਘ ਜੀ ਵੀ ਕੋਈ ਆਮ ਬੰਦੇ ਨਹੀਂ ਸਨ। ਜਿੰਨੀ ਰੈਸਪੈਕਟ ਉਹਨਾਂ ਨੂੰ ਮਿਲਦੀ ਆਈ ਹੈ, ਉਹ ਬਹੁਤ ਕੰਮ ਬੰਦਿਆਂ ਨੂੰ ਮਿਲਦੀ ਹੈ। ਅਤੇ ਆਪਾਂ ਸਾਰਿਆਂ ਨੇ ਇਹੀ ਅਰਦਾਸ ਕਰਨੀ ਹੈ, ਉਸ ਵਿਛੋੜੀ ਹੋਈ ਰੂਹ ਨੂੰ ਸਤਿਗੁਰ ਆਪਣੇ ਚਰਨਾਂ ਵਿੱਚ ਸਦੀਵ ਕਾਲ ਲਈ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਸਰੀਰਕ ਤੌਰ ਤੋਂ ਭਾਵੇਂ ਸਰਦਾਰ ਕਿਰਪਾਲ ਸਿੰਘ ਜੀ ਸਾਡੇ ਤੋਂ ਦੂਰ ਹੋ ਗਏ ਹਨ, ਪਰ ਉਹਨਾਂ ਦੀਆਂ ਮਿੱਠੀਆਂ ਯਾਦਾਂ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਰਹਿਣਗੀਆਂ। ਸਤਸੰਗ ਜੀ, ਹੋਨਰੇਬਲ ਗੈਸਟ, ਡਾਤੋ ਡਾਤਿਨ, ਲੇਡੀਜ਼ ਐਂਡ ਜੈਂਟਲਮੈਨ, ਦ ਕੰਟਰੀ ਹੈਜ਼ ਲੋਸਟ ਅ ਟਰੂ ਹੀਰੋ, ਅ ਮੈਨ ਵਿਦ ਐਨ ਐਕਸਟਰਾ ਆਰਡੀਨਰੀ ਸਮਾਈਲ ਡਿਸਪਾਈਟ ਗੋਇੰਗ ਥਰੂ ਦ ਚੈਲੇਂਜਸ ਫਾਈਟਿੰਗ ਫਾਰ ਜਸਟਿਸ। ਲੇਟ ਸਰਦਾਰ ਕਿਰਪਾਲ ਸਿੰਘ ਜੀ ਹੈਜ਼ ਬੀਨ ਅ ਗ੍ਰੇਟ ਇੰਸਪੀਰੇਸ਼ਨ ਟੂ ਦ ਹੋਲ ਕੰਟਰੀ, ਐਂਡ ਹੀ ਇਜ਼ ਇਨ ਡੀਡ ਵਨ ਆਫ ਅ ਕਾਇੰਡ। ਦ ਸੰਗਤ ਆਫ ਮੈਂਦਵਾ ਐਂਡ ਦ ਹੋਲ ਸਿੱਖ ਨੇਸ਼ਨ ਵਿਲ ਆਲਵੇਜ਼ ਮਿਸ ਹਿਮ। ਸਰਦਾਰ ਕਿਰਪਾਲ ਸਿੰਘ ਪਲੇਸ ਹਿਅਰ ਔਨ ਅਰਥ ਵਿਲ ਬੀ ਐਮਟੀ, ਬਟ ਨੋਟ ਇਨ ਆਵਰ ਹਾਰਟਸ। ਮੇ ਹੀ ਸਪਿਰਿਟ ਬੀ ਅਪੋਨ ਅਸ ਐਂਡ ਗਾਈਡ ਅਸ ਆਲਵੇਜ਼, ਮੇ ਦ ਲੈਜੈਂਡ ਲੀਵ ਔਨ। ਲੇਡੀਜ਼ ਐਂਡ ਜੈਂਟਲਮੈਨ, ਸਤਸੰਗ ਜੀ, ਇਸ ਵੇਲੇ ਸਾਡੇ ਕੋਲ ਦੋ ਤਿੰਨ ਸਪੀਕਰ ਪਹੁੰਚੇ ਹੋਏ ਹਨ। ਸਤਸੰਗ ਜੀ ਨੇ ਆਪਣੇ ਇਸ ਤਰ੍ਹਾਂ ਹੀ ਬੈਠ ਕੇ ਉਹਨਾਂ ਦੇ ਦੋ ਤਿੰਨ ਸ਼ਬਦ ਸੁਣਨੇ। ਪਹਿਲਾ ਬੁਲਾਰਾ ਹੈ ਸਰਦਾਰ ਕਨਿਆ ਸਿੰਘ ਸ਼ੌਂਕੀ, ਕੈਨ ਵੀ ਹੈਵ ਯੂ ਔਨ ਸਟੇਜ ਟੂ ਸ਼ੇਅਰ ਸਮ ਥੋਟਸ ਵਿਦ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਹਿਬ ਸਿੰਘ ਜੀ, ਗੁਰਫਤਿਹ ਪ੍ਰਵਾਨ ਹੋਵੇ, ਹਰ ਇੱਕ ਨਿਰਸਨਾ ਪਵਿੱਤਰ ਕਰਨੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਿੰਘ ਜੀ, ਅੱਜ ਦਾ ਇਹ ਦੀਵਾਨ ਅਤਿ ਸੋਗਮਈ ਦੀਵਾਨ ਹੈ, ਬਹੁਤ ਹੀ ਸੋਗਮਈ ਦੀਵਾਨ ਹੈ ਕਿ ਸਾਡੇ ਮਾਣਯੋਗ ਔਰ ਆਪ ਸੰਗਤਾਂ ਦੇ ਹਰਮਨ ਪਿਆਰੇ ਜੰਗ ਬਰਹਰਮਤ ਸਰਦਾਰ ਕਿਰਪਾਲ ਸਿੰਘ ਜੀ ਵਕੀਲ, ਜਿਹੜੇ ਕਿ ਇੱਕ ਸਿਰਕਟ ਲੀਡਰ ਸਨ, ਉਹ ਚਾਣਚੱਕ ਸੁਰਗਵਾਸ ਹੋ ਗਏ ਸਨ, ਸੁਰਗਵਾਸ ਹੋ ਗਏ ਹਨ, ਜਿਨ੍ਹਾਂ ਦਾ ਵਿਛੋੜਾ ਅਤਿ ਦੁਖਦਾਈ ਹੈ। ਇਹ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਪਹੁੰਚਾ ਹੈ ਅਤੇ ਮਲੇਸ਼ੀਆ ਦੇ ਪਾਸੋਂ ਇੱਕ ਚੰਗਾ ਪੋਲੀਟੀਸ਼ੀਅਨ ਖੁੱਸ ਗਿਆ ਹੈ, ਔਰ ਸਾਡੀ ਸਿੱਖ ਕੌਮ ਪਾਸੋਂ ਵੀ ਇੱਕ ਚੰਗਾ ਲੀਡਰ, ਸਿਰਕਟ ਲੀਡਰ, ਜਿਸ ਨੇ ਮਲੇਸ਼ੀਆ ਦੇ ਵਿੱਚ ਚੰਗਾ ਨਾਮ ਨਾ ਖੱਟਿਆ ਔਰ ਬੜੀ ਇਮਾਨਦਾਰੀ ਦੇ ਨਾਲ ਪੋਲੀਟਿਕਸ ਦੇ ਵਿੱਚ ਉਹਨਾਂ ਨੇ ਆਪ ਦੇ ਕੰਮ ਨਾਮ ਜਿਹੜੇ ਸੀਗੇ ਉਹ ਪੇਸ਼ ਕੀਤੇ, ਔਰ ਤੁਸੀਂ ਦੇਖਦੇ ਹੀ ਹੋ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਹਮੇਸ਼ਾ ਹੀ, ਭਾਵੇਂ ਉਹ ਕੁਛ ਵੀ ਹੈ, ਇੱਕ ਬੰਦਾ ਜਿਹੜਾ ਸਪੀਕਰ ਹੁੰਦਾ ਹੈ ਪਾਰਲੀਮੈਂਟ ਦਾ, ਉਹ ਪ੍ਰਾਈਮ ਮਿਨਿਸਟਰ ਵੀ ਚੁੱਪ ਕਰਕੇ ਬਿਠਾ ਦਿੰਦਾ, ਪਰ ਕਿਰਪਾਲ ਸਿੰਘ ਉਹ ਬੰਦਾ ਸੀ ਜਿਹੜਾ ਕਿ ਸਪੀਕਰ ਨੂੰ ਕਹਿੰਦਾ ਜੰਗਨ ਮੈਨ ਮੈਨ। ਸੋ ਇਹ ਹਨ ਸਾਡੇ ਸੱਜਣ ਮੈਂਡੇ ਰੰਗਲੇ, ਜੈ ਸੁਤੇ ਜੈ ਰਾਨ। ਸਾਨੂੰ ਤੋਂ ਗੁਰਬਾਣੀ ਤੋਂ ਹੀ ਬਹੁਤ ਸਾਰੇ ਫੁਰਮਾਨ ਮਿਲਦੇ ਹਨ,
जैसे कि जब हम आए जगत में जग हसे हम रोए, ऐसी करनी कर चलो हम हसे जग रोए। मलेशिया दी एक महान शख्सियत, महान हस्ती, हीरो हीरक हीरो हीरक में डायमंड, बहादुर शेर आदरजोग वकील कृपाल सिंह जी, पुत्र राम सिंह जी ते माता करतार कौर जी पिनांग वाले, ये रबी पाणी अनुसार ऐसा चाणचक हादसा वरत्या, ये आप वाहिगुरु नूं प्यारे हो गए, पाव अकाल चुना कर गए है। मलेशिया दी राजनीति विच एक सिरकड आगू, सियासी चंगे घलाटिए, चंगे तजर्बेकार जरूतोंग दे शेर इन्हां नूं उत्थों दी पब्लिक ने कह के नवाजिया। वर्तमान समय आप बुकिर गलुंगोर दे मैंबर पार्लीमेंट सन, जिहड़े नेक पुरश हन, चंगे काम करदे हन, उन्हां वास्ते ये कोई शहर इस तरह लिखता है, मरते नहीं है वो, जीती है जिनकी नेकियां। कौम नूं आप पर बड़ा फखर ते माण, आप सब संगतां दे हरमन प्यारे सन। अजे कुछ दिन बीते हन, इत्थे मैन दुआ गुरुद्वारा विखे विसाखी नूं उह आप आए ते संगतां नाल बचन बरास कीते। इस समय सिर्फ मन नूं समझाउण दी गल है, जिवें कि जैसा चिरी लिखिया तिहा हुकम कमाए, कल्ले आए नानका सदे उठी जाए, आपे हर इक रंग है आपे बौरंगी, जो तुस पावे नानका साई गल चंगी। ऐसा दर्दनाक हादसा होया कि वह वाहिगुरू नूं प्यारे हो गए, उन्हां दे कामे जिंदा दिल वाले सन, और जिवें आपां नूं देश पंजाब दीआं चार रुत्तां हमेशा सियाणे नूं याद होणगियां। कोई सियाणा लिखदा है कि रुत्तां मुड़ मुड़ आउणगियां, ए बंदिया तैं मुड़ के नहीं आउणा। और ये भी है कि और जो दिसन ढेरियां, जिन्हां दे कख पए उधरों कोई ना आया, इधरों लख गए पाणे वरत गए, और पाणे अंदर सब को सो साध संगत। इस समय दास कुछ शब्द अंग्रेजी विच बोल के आप संगतां तों माफ़ी दा जज होएगा। लेडीज एंड जेंटलमैन, टुडे वी गैदर हियर इन द लविंग मैमरी ऑफ लेट यंग बहुमत सरदार गुरपाल सिंह जी। मलेशियन मोन्स फॉर द हीरो, द मलेशियन सिख ग्रीव्ड बाय द सडन डेथ ऑफ वाई बी कृपाल सिंह जी, सन ऑफ लेट सरदार राम सिंह जी एंड माता करतार कौर जी ऑफ पिनांग। द टाइगर ऑफ जलुतोंग एंड द मैंबर ऑफ पार्लियामेंट फॉर बुकिर गलुंगो, ऑल्सो ही इज द डिफेंडर ऑफ द वीक, डिफेंसलेस, पुअर एंड वॉइसलेस, ए लॉयर फॉर एवरी वन, लर्न्ड फ्रेंड फॉर द पब्लिक, ईगल आई ऑन द गार्डियन ऑफ द कॉन्स्टिट्यूशन ऑफ मलेशिया एंड द रूल्स ऑफ लॉ। Only one in this modern world, though physically not that good before, and he had a heartbreaking traffic accident in 2005, but he never felt the disability at all. He is very courageous, even more than before. A stalwart, a human right, walking tall, hero for justice, and a tiger rose. Hopefully, his family members now also in the lineup. I hope they'll keep the row and tiger will row, so the Sikh will have a good name in the country. With this word, I shall say that I express my heartfelt condolences to YB Kirpal Singh family. May God bless his soul. He rest in peace, and he with the Vaheguru. Yes, Sami Saad Sangat Das ਕਿਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਗਹਿਰਾ ਦੁੱਖ ਜ਼ਾਹਰ ਕਰਦਾ ਹੋਇਆ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ। ਸਾਡੀ ਅਰਜ਼ ਹੈ ਕਿ ਹੇ ਵਾਹਿਗੁਰੂ, ਉਸ ਵਿਛੜੀ ਆਤਮਾ ਨੂੰ ਆਪਣੇ ਪਿੱਤਰ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼। ਇਹਨਾਂ ਸ਼ਬਦਾਂ ਨਾਲ ਅਗਰ ਜੇ ਮੇਥੋਂ ਬੋਲਣ ਗਲਤੀ ਹੋਈ ਹੋਵੇ, ਦਾਸ ਖੇਮ ਦਾ ਜਾਜਕ ਹੈ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ, ਸਰਦਾਰ ਕਨਿਆਰ ਸਿੰਘ ਸ਼ੌਂਕ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਸ ਵੇਲੇ ਆਪਣੀ ਹੋਨਰੇਬਲ ਗੈਸਟ ਵਾਈ ਬੀ ਤਨ ਕੋਕਵਾਏ, ਜੋ ਕਿ ਨੈਸ਼ਨਲ ਡੈਪਟੀ ਵਾਈਸ ਚੇਅਰਮੈਨ DAP ਦੇ ਵਾਈਸ ਚੇਅਰਮੈਨ ਹਨ, ਉਹ ਪਹੁੰਚੇ ਹਨ। ਉਸ ਉਹਨਾਂ ਨੂੰ 10 ਮਿੰਟਾਂ ਲਈ ਆਪਣੇ ਖਿਆਲ 10 ਮਿੰਟਾਂ ਲਈ ਪੇਸ਼ ਕਰਨਗੇ। ਮੈਡਮ ਖੁਰਮੀਤ ਸਿੰਘ, YB ਸਰਦਾਰਾ ਗੋਬਿੰਦ ਸਿੰਘ ਜੀ, ਐਂਡ ਆਲ ਮੈਂਬਰਸ ਆਫ ਦੀ ਫੈਮਿਲੀ, ਫਰੈਂਡਸ ਐਂਡ ਫੈਲੋ ਮਲੇਸ਼ੀਅਨਸ, ਗੁੱਡ ਮਾਰਨਿੰਗ। ਵੀ ਕਮ ਟੁਗੈਦਰ ਟੂਡੇ ਟੂ ਪ੍ਰੇ ਫੋਰ ਦ ਡਿਪਾਰਟਡ ਸੋਲ ਆਫ ਅ ਥਰੂ ਖਾਲਸਾ, a true patriot, a great Malaysian, and a national hero. Ladies and gentlemen, Sardar Kapal Singh, a towering figure in the rule of law, constitutionalism, democracy, human rights, and social justice. Sardar Kapal's untimely passing on 17th of April shocked and saddened the nation. Sardar Kapal is a firm believer of equality and justice for all, and that no one was above the law. For the past 40 over years, he has used his legal expertise and political platform to defend the poor, the underprivileged, the oppressed, and the defenseless. He was the light for so many people during their darkest hours. He was one of the pioneers who took up public interest litigations, cases always testing to the limits of law. Sardar Kapal went the extra mile, painstakingly preparing his cases, leading to landmark decisions. He was very passionate in the pursuit of law. He was equally passionate in politics. His commitment in politics led him to be elected as party national chairman of DAP for more than a decade. Kapal was an epitome of righteousness. He held no grudges for anyone. When he struggled against oppression and injustices for the rakyat came at great personal cost. His freedom was taken away when he was detained under the draconian ISA. They parted him with his family. He was suspended in parliament several times when upholding the right values for the rakyat. His tenacity, outstanding bravery, integrity, honesty, and decency have earned him the nickname of the Tiger of Jelutong, whom the wicked feared when he was alive and still scared off after his departure. However, to many rookies in the media, legal profession, and political arena, Sardar Kapal Singh was a great mentor with great sense of humor who has inspired them and made a difference in their lives. At home,
Sadrakapa was a loving husband, father, and a dotingly grandfather. Like what his grandchildren said, there are 11 of us, so you all better be careful. And now, there are tens and thousands of us in Malaysia echo that. We will continue to fight on to uphold Saudara Kapal Singh's famous quotation of their only permanent principles. Saudara Kapal's principles would be the light for all of us to charge on, to do justice for ourselves. That is what Saudara Kapal would like to see. Truly, what he was doing was a great testament of humanitarianism. We are thankful that there was a Kapal Singh in our lives. His existence was and is going to be irreplaceable, but his role will continue. I will truly miss a friend, mentor, and comrade. He was a legend of our times, someone dearly remembered and cherished. Rest in peace, dear Kapa. Thank you very much. National Deputy Vice Chairman YB Tan Kokwe da bahut bahut dhanwad kita janda hai jinna ne apne khayal pesh kite han. So as vele YB Dato Ambiga Srinivasan pahunch chuki hai, oh apne khayal sangtan nu pesh karange. Vaheguru Ji Ka Khalsa, Vaheguru Ji Ki Fateh. Ladies and gentlemen, please no clapping in the Darbar Sahib. You can shout a jakara if you want. Sasri Akal. Gurmit, Sangeet, Gobind, and family. This is a tribute to the life of a man who gave so much to his family, so much to his friends, and so much to the nation. A worthy man who did his best to make the lives of others better. Today we celebrate his life. Guru Gobind Singh, described as an apostle of courage and benevolence, was known for his personal bravery under all circumstances, his persevering endurance amidst difficulties, his advocacy for living a life of honesty, taking the side of truth, and defending one's principles above all. Guru Gobind Singh infused in the hearts and minds of his followers the spirit to fight oppression in order to restore justice, peace, and righteousness, and to uplift the downtrodden people in this world. These words could well describe Kapal Singh. What a true son of the revered Guru Gobind Singh Kapal Singh was. What a warrior for justice he was in the true spirit of his Sikh religion.
the Sri Guru Granth Sahib holy book, your holy book, and a remarkable guide to life and spiritual salvation, said this, and I think it was repeated earlier on in song. He may be cut apart piece by piece, but he never leaves the field of battle. Our Bhagavad Gita says the same thing. You never leave the field of battle. You sever the bonds of any fear that you may have. The Bible says, blessed are they who are persecuted for righteousness' sake, for theirs is the kingdom of heaven. Karpal Singh never left the battle of righteousness and defended truth to the end. I read earlier a passage that said a hero who defends his religion goes to God. Karpal Singh defended everyone's religion. You will all remember that case where he tried to cross the causeway. I don't know whether he got there, but certainly they didn't allow him to act for those girls who were refused permission to wear the tudong. He defended everyone in the true spirit of the Sikh religion, which respects all religions. He looked adversity in the eye, he battled it fearlessly, and he overcame it with such dignity. He was a consummate professional, a great humanitarian, loyal to his principles, to the rule of law and the federal constitution. Everyone says that over and over again about Karpal Singh. Why? Because it is so important to us. Because it is so important for the future of this country that we have more Karpal Singhs. And we want more Karpal Singhs. There is only one Karpal Singh. But his spirit, his fire, lives on in his children. And Gobind, I can see, is already taking up the mantle and fighting for what is right, as I know all his family will. Gobind actually mentioned an incident in this wonderful book, and I was so lucky and blessed to get a signed copy of that from Karpal himself. And he said something there which drew my attention. He said he related a story about how he went for a dinner with his father, and he sat at a table with a judge. And the comment made by the judge was, Karpal, you are great. No one can break you. And that is Karpal Singh. And of course, he was our colleague at the bar. He was so senior, and I remember growing up at the bar, watching him from afar, admiring him. But he never treated any of us differently, whether you're junior or senior, didn't matter to him. He treated all of us the same. And he epitomized what the bar stood for, upholding the cause of justice, uninfluenced by fear or favor. And of course, you mentioned, someone mentioned earlier, what a very senior Court of Appeal judge said about him. Just yesterday I was reading it. How even the bench used to wait to hear Karpal Singh. Now, I've heard him many times, and I can understand why they say that. Straight to the point, never wasting any time, utterly, utterly fearless. Of course, Karpal faced some of the worst forms of oppression. His detention under the ISA and the sedition charges he faced are but some of them. Someone said,
It is the hour of trial that makes men great, not the hour of triumph. Karpal faced many hours of trial. I was in court as a junior lawyer when his ISA case was before the court. We all used to sit at the back and watch injustice take place right before our eyes. I was also in court earlier this year when YB Karpal Singh was sentenced, or he was fined 4,000 ringgit for sedition, for speaking the truth. He was fined 4,000 ringgit, and the prosecution, what did they want? They wanted to put him in jail. And I remember speaking to Gobind after that, and he said, actually, my father was ready to go to jail. And that sounds like Karpal. He was ready to go to jail. And when an appeal was lodged against that 4,000 ringgit, which, by the way, would have disqualified him as an MP, that's what they were doing to him just a few months ago. When he appealed, the prosecution cross-appealed. Why? Because they wanted a custodial sentence. That was the persecution this man faced. But he took it in his stride. He was never cowed by anything that the state did to him. In fact, I too was surprised, after all the years of the oppression that he suffered at the hand of the state, he was never bitter. He took it in his stride. And that is why even his political adversaries held him in the highest regard. They only talked well of him, and they said he was a man who was highly principled. That's not easy to be in politics in this country, I can tell you. Every time someone attacked Karpal Singh, he grew in stature. He was fearless because he spoke the truth. Karpal lived the immortal words of Walter Scott: without courage, there cannot be truth, and without truth, there can be no other virtue. There are many whose spirit would have been broken by the accident which put him in a wheelchair. Not Karpal. If Karpal was tall before, he was taller in his wheelchair. He never lost that twinkle in his eye. You saw him not too long ago. You know what I mean. That lovely smile and his sense of humor. In an interview on his 70th birthday in 2010, he said about his disability, "But one of these days," and he said it laughingly, "one of these days with stem cell research and so on, you never know, I might just become an athlete and break all sorts of records." That was the spirit of Karpal Singh. And I would like to also mention some other parts of that interview. When asked if he has any regrets joining politics, he said, "No regrets at all. It is very challenging and even dangerous sometimes. But that is the risk you take upon yourself when you join a party such as DAP. And then he said, "I find the police looking for me all the time, but I'm used to it. I have 110 police reports lodged against me at present," he said. That was in 2010. There would be more by now, which may be a world record. "These are the ones I know of, but there may be others. I'm only aware of them when I get called up by the police stations." But, he said, "sometimes you just have to say what needs to be said. And if someone is going to charge you over that for no rhyme or reason, then let it be." That
was Karpal Singh. He didn't believe. He said, we are in politics for a purpose. You can't just be an MP and cruise along. We all know Parliament was interesting because people like Karpal Singh were there. He did his job, everything he did as a lawyer, as an MP, he did it remarkably well. So we know when Karpal Singh is in Parliament. We will all know. Because he doesn't let anyone get away with any nonsense. He served the people of Malaysia admirably. And when he was asked what was his philosophy of life, he said, I think we just have to soldier on, no matter what adversities come our way, because these are to be expected along the journey. So we have to get up and get on. That's my policy, he said. And I've told most of our candidates this after they suffered losses. Don't sulk, because you'll only lose the next one as well. There's no problem with losing, he said. I've lost several times. It makes it more interesting to get up after a fall. Wise words. Words that we should remember in the course of the battles that we have to fight. The ultimate tribute, of course, was in the thousands and thousands and thousands of people who turned up to bid him farewell. And look at all your presence today. I read in a tweet, actually on Twitter, that someone overheard someone else say these words when he was saying farewell. He said, sir, if you could see the thousands of people here to say goodbye, more than any charama, you would know your life was not in vain. To Gurmit and to the family, grandchildren, grandchildren, thank you for sharing this wonderful man with us and the nation. You have no idea how much we depended on Karpal Singh. In fact, we feel at a loss because he was always there. If Karpal Singh was on your side, you felt stronger. Which is why we feel it. We feel the loss. You mourn the loss of a wonderful husband, a father, a grandfather, and we mourn the loss of our Karpal Singh, our MP, friend, supporter, and a true statesman in every sense of the word. You must be so proud of him, Gurmit, and family. And I honestly think, and in fact you, your community, the Sikh community, must be very proud of him. I'm proud of him. The nation should be proud of him. The nation should be proud that we produced someone like Karpal Singh. And I think Karpal, in all his humility, would never have imagined all those people who came to say farewell to him. He would never have imagined that he touched so many lives, but he did. His legacy will live on forever and will be an inspiration to all of us. The Gita also says, you must do your duty. Karpal did his duty, more than did his duty, to his family, his friends, to the nation. A true patriot is Karpal Singh. And I will close with this famous Shabad, which you will recognize. O God, grant me this boon,
Never should I turn away from good deeds, nor when fighting adversity should I be afraid. But with a firm resolve should I achieve victory over my heart, should I have complete control. O Lord, that is what I crave of thy name. When finally time comes for me to rest, let me die in the thick of these battles. We miss you, Karpal Singh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅੰਬਿਕਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖਿਆਲ ਪੇਸ਼ ਕੀਤੇ ਹਨ। ਥੈਂਕ ਯੂ ਸੋ ਮੱਚ ਫੋਰ ਦੀ ਲਵਲੀ ਐਂਡ ਵੈਰੀ ਟੱਚਿੰਗ ਸਪੀਚ। ਨਾਓ ਵੀ ਆਰ ਕਾਲ ਅਪੋਨ ਯੰਗ ਬਹੁਮਤ ਨੂਰੁਲ ਇਜ਼ਾ ਟੂ ਸ਼ੇਅਰ ਹਰ ਥੋਟਸ ਵਿਦ ਦ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Pengerusi Majlis, khususnya di Gurdwara Sahib Temple, seluruh keluarga khususnya Pan Gurmit, Sanggit Gobin, seluruh yang merasakan kehilangan mendiang Karpal Singh, teman-teman, penganak kuil khususnya Satria Akal. Maaf, saya sedikit terkesan ya. Good afternoon, everybody. I'm so sorry. I'm just a little bit not composed, especially after listening to Dato' Ambika's beautiful tribute just now. I am very pleased that I could be part of this ceremony. I think I represent my entire family by stating that we also lost an extended family member through the loss of Karpal Singh. And I was thinking about what was most important that should be said today from my eyes. I know I'm a politician, but I'm sure you've heard many aspects and reminders of how the late Karpal Singh have served the nation, served all of us. Today I speak from the eyes of the 18-year-old girl who first met the great Karpal Singh. And I believe that was the most meaningful for any family member, to share the pain and the need to struggle on, not just with your family member, but with someone, a comrade, who was not necessarily on the same side at the beginning, but displayed such an amazing level of engagement and understanding and compassion. And throughout my experience and, you know, my time knowing him, of course I was slightly fearful. I think everyone should be fearful of lawyers. But with him, he handled many of the challenges faced, not just by himself, but many of us, including the turbulent times of my family, with the perfect degree of compassion and dispassionate intensity. Many of you might ask, what is dispassionate intensity? No, he was vilified in parliament. He was vilified in court. He was insulted many times. Yet, you know, with the same bravado, the same calmness, he never retaliated in a manner that was beneath him, which was the same level as those who insulted him. And I think that's most important to all of us. We can never lose our humanity and our composure. Yes, we have to fight back for what is right. We have to make sure that we acquire justice, and that's what Karpal did to many people. I actually met up with a former gangster in Puchong, who has changed his ways. Don't worry. And he told me the reason why he joined
the opposition and would do anything to help Gobind was because when he was at his lowest ebb, Karpal Singh saw him, picked him up, defended him caught, and didn't even charge him 1 cent. I mean, can you imagine this young Malay boy who's now in his 30s, similar to me, relating this story? And he drove all the way to Penang to be there, and he's, you know, being a bouncer and all, this is not something easy. But when I saw that, and I saw so many of us who went through, since 1998, various quarters, paying our last respects, and everyone, you know, no one left the hall with a dry cheek. And that's what I want to be when I grow older. That's what and how I want to end my life. I think all of us here understand it's not really how much you have achieved when you are alive. It is how you have touched the lives of others when your life is taken away from you. Sat Sri Akal. Got it right this time around. So for me today, I would state and repeat what Dato' Ambika has said. We cannot replace the late Karpal Singh. We cannot. What we can do is try to live his legacy. To remember how he faced his opponents. I'm not just saying in the political sense. You know, especially sitting there on a wheelchair, he did not display any sort of regret in his attempt to face oncoming challenges. He used to call me girl. He still called me girl in his last days. Yes, girl, what can I do? How can I answer some of your questions? And that, aside from making me feel youthful, made me feel much closer to him. Every question he would entertain very fairly, and the attacks, again, this is so important, the attacks he gave back to the opponent was again filled with dispassionate intensity. You know, there's so much passion displayed. And while we want it to be done for the right reasons, I think that's something that he left us with, he left me with. I wish I could become a lawyer. I know it's, and I hope it is not too late. But that's what he inspired in me. You see, my father for many, many years tried very hard to convince me to become a lawyer instead of being an engineer. God knows how many boring engineers out there. But it was really Karpal Singh that made me rethink my decision. And perhaps, who knows, in the next 1-2 years, if elections are not called, I might have the time to pursue that dream with him in mind, with a dream to actually change the life of others. So today, to the family, if you only knew how wonderful the family is, for those of us who didn't really have the ability to be close to the late Mr. Karpal, it was Gobind and Sangeet that displayed so much warmth. And I remembered Azmi Sharum's words as he penned a tribute to Karpal. He said, many things have been said, but not enough on what a great father he was and a great husband to Madam Gurmeet. And for that, I hope the family would not mind to share more of their love with us. I know they must be so tired and so much in despair, but that's the sort of love that we remember the most and that will carry on living after he has left us. Thank you very much for this opportunity. Let us keep praying and let us keep remembering the struggle must continue in each of our lives to ensure that his loss inspires the most important bit, despite our religious differences, despite our racial differences, is that compassion should be extended to all in the name of humanity. Thank you very much. Sastriyaka. Vaheguru Ji Ka Khalsa, Vaheguru Ji Ki Fateh.
ਭਾਈ ਬੀ ਨੂਰ ਈਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਪੁਰਾਣੇ ਖਿਆਲ ਸੰਗਤਾਂ ਦੇ ਸਾਹਮਣੇ ਲਿਆਉਂਦੇ ਹਨ। ਥੈਂਕ ਯੂ ਫੋਰ ਸ਼ੇਅਰਿੰਗ ਵਿਦ ਦ ਸੰਗਤ ਯੋਰ ਪਾਸ ਐਕਸਪੀਰੀਅੰਸ ਐਂਡ ਮੈਮਰੀਜ਼, ਇਟ ਵਾਜ਼ ਬਿਊਟੀਫੁਲ। ਨਾਓ ਵੀ ਕਾਲ ਅਪੋਨ ਵਾਈ ਬੀ ਗੋਬਿੰਦ ਸਿੰਘ ਦਿਓ ਟੂ ਕਮ ਔਨ ਸਟੇਜ ਐਂਡ ਸ਼ੇਅਰ ਸਮ ਥੋਟਸ ਵਿਦ ਦ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਜੀਤ ਸਿੰਘ, ਥੈਂਕ ਯੂ ਫੋਰ ਇਨਵਾਈਟਿੰਗ ਮੀ ਟੂ ਸਪੀਕ ਐਸ ਵੈਲ ਟੂਡੇ। ਨਿਮ ਹੋਰਮਤ ਸਰਦਾਰ ਤੰਕੋਕ ਵਾਈ, ਦੀ ਐਮ ਪੀ ਫੋਰ ਚਰਾਸ, ਔਲਸੋ ਐਕਟਿੰਗ ਚੇਅਰਮੈਨ ਫੋਰ ਡੀ ਏ ਪੀ ਮਲੇਸ਼ੀਆ, ਵਾਈ ਨੂਰੁਲ ਇਜ਼ਾ, ਮੈਂਬਰ ਪਾਰਲੀਮੈਂਟ ਲੰਬਾ ਪੰਤਾਏ, ਦਾਤੋ ਅੰਬਿਕਾ ਸ੍ਰੀਨਿਵਾਸਨ, ਕਲੋਜ਼ ਫੈਮਿਲੀ ਫਰੈਂਡ, ਮਾਈ ਮਦਰ ਐਡਮ ਗੁਰਮੀਤ ਕੌਰ, ਮਾਈ ਬ੍ਰਦਰ ਰਾਮ ਕਰਪਾਲ ਸਿੰਘ, ਸਿਸਟਰ ਸੰਗੀਤ, my youngest brother Mankarpal Singh, and all of you who are present this morning with us in memory of my late father. A lot has been said. Of Mr. Karpal Singh, it has been 16 days since the fatal accident which took him and Michael Cornelius away from us. But I stand here before all of you to also thank God that my younger brother Ram Karpal, who was also in that car that night, is safe and with us today. It is difficult. None of us are ever prepared to receive news of the loss of a loved one. And none of us were ever ready or prepared to receive news of the loss of Mr. Karpal Singh. In the last 16 days, I have attended memorials all over the country. And I can say to you that the outpouring of grief for him is a reflection of how it is, or the extent to which this man touched so many hearts, not only in Malaysia, but worldwide. Mr. Karpal Singh was a great lawyer, a great member of parliament. I am lucky, privileged, honored to have him as my father, to have him as my employer, and to have him as my fellow parliamentarian in parliament. I can tell you this, in Parliament, it was good to have Mr. Karpal with you. If there was one man who could turn the entire Dewan upside down, it was him. But the great thing about him is, although he would turn it upside down, he would quickly bring it back into order again. And of course, most of the time after that, he would get suspended. But it is he who taught me almost everything I know about how it is politics should be. You will read, and I think numerous articles have been written about him and what it is he's achieved politically. But the most important thing about Mr. Karpal Singh is the fact that he was an honest man, a man who lived his life
strictly along the lines of honesty, and honesty across the board. Intellectual honesty. A man who said what was wrong. A man who said what was right. A man who was not afraid to tell you that what you were doing was not right. Now, of course, there were times where people were not too happy with him. But to him, it didn't matter, because what was important was to say what needed to be said. It's a shame if we look back as to how it is our government treated him. Ladies and gentlemen, towards the end, Mr. Kapal continued in his struggle. Dato' Ambiga spoke about the sedition trial, the sentencing, and so forth. She was in court with me. Ram was in court. Sangeet, many of you, Sir Tong Kok Wai. If you were to have seen the way in which the deputy public prosecutor pressed for a custodial sentence, I can only say this. You would not have understood what it was that motivated her to do such a thing. Can you imagine punishing someone for just stating what is already in your constitution? Can you imagine, after getting a conviction, asking the court to incarcerate him? A person who knows his condition, despite the fact that we had also put in evidence of his medical condition. But ladies and gentlemen, that is the strength of Mr. Kapal Singh. Even at that stage, he said to me very clearly, if what I have done warrants such a sentence, such a harsh sentence, then so be it. He was prepared. He was prepared to go to prison. And this, of course, I was a bit uncomfortable with. My mother was uncomfortable with. But to him, it did not matter. To him, what is important was that the fight must go on. And so, ladies and gentlemen, we here today. Thank you. We here today a lot about how it is Mr. Kapal lived his life. We hear today about the spirit in the man. You hear today about how it is the fight must go on. But I think this opportunity must also be taken on part of the family of Mr. Kapal to thank all of you. I would like to thank you for remembering my father. We must remember how he lived. We must make sure that we carry on and continue what it is he fought for. Whether you like it or not, even now as I speak, in this country, there is still much work to be done. Each and every one of us know, if we follow in the policies of the current government, there is lots to be said about equality and freedom in this country. So, ladies and gentlemen, I do not propose to take too much of your time, but I would like to end by saying this. Mr. Kapal gave us strength. He gave us the spirit to fight. He reminded us that while we live, we must make sure that we find the purpose in our life. All of us here have a role to play. And he was, Mr. Kapal, because you gave him the support. He was Mr. Kapal Singh because Malaysians held him up high. And when he passed on, I think if anyone were to see and look back at the kind of support he got for his funeral, one would understand that perhaps we have lost one of the most outstanding Malaysians of all time. So let us, ladies and gentlemen, remember how he lived. Let us celebrate his life, and let us make sure, as he himself said, you knock out one Kapal Singh,
thousands of other Karpal Singhs will rise. Thank you very much. Waiguru Ji Ka Khalsa, Waiguru Ki Fateh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਈ ਬੀ ਗੋਬਿੰਦ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖਿਆਲ ਸੰਗਤਾਂ ਦੇ ਨਾਲ ਸੰਪੂਰਨ ਕਰੇ ਹਨ। ਇਸ ਵੇਲੇ ਫਾਈਨਲ ਰਿਕੁਐਸਟ ਆਈ ਹੈ ਕਿ 2 ਮਿੰਟ ਵਾਸਤੇ ਸਰਦਾਰ ਗੁਰਦੇਵ ਸਿੰਘ ਜੀ ਆਪਣੇ ਖਿਆਲ ਪੇਸ਼ ਕਰਨਗੇ। ਸਰਦਾਰ ਗੁਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਸਾਹਮਣੇ ਸਰਦਾਰ ਕਿਰਪਾਲ ਸਿੰਘ ਨੂੰ ਸ਼ਰਧਾਂਜਲੀ ਦੀਆਂ ਕੋਈ ਲਾਈਨਾਂ ਸਾਹਿਬ ਦੇ ਸਾਹਮਣੇ ਰੱਖਣੀਆਂ। ਬਹੁਤ ਛੋਟ, ਧਿਆਨ ਦੇ ਕੇ ਸੁਣਨਾ। ਜਨਨੀ ਜਣੇ ਭਗਤ ਜਣੇ, ਗਾਂ ਤੁਸੀਂ ਸਾਹਿਬ ਲਾਈ ਜਾਓ, ਉਹਦਾ ਮਤਲਬ ਕੀ ਕਹਾਂ। ਸਰੂਆਂ ਵਰਗੇ ਸ਼ੇਰਾਂ ਵਰਗੇ, ਸਰੂਆਂ ਵਰਗੇ ਸ਼ੇਰਾਂ ਵਰਗੇ, ਹੀਰੇ ਪੁੱਤਰ ਮਾਵਾਂ ਦੇ, ਸਰੂਆਂ ਵਰਗੇ ਸ਼ੇਰਾਂ ਵਰਗੇ, ਹੀਰੇ ਪੁੱਤਰ ਮਾਵਾਂ ਦੇ, ਚਾ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ, ਚਾ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ। ਬੁੱਢੇ ਬਾਪੂ ਖੜੇ ਡਿੱਕਣ, ਵੱਡੇ ਬਾਪੂ ਖੜੇ ਡਿੱਕਣ, ਗੱਭਰੂ ਪੁੱਤ ਜਵਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ। ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸਗਨਾਂ ਦੇ ਹੱਥਾਂ ਵਿੱਚ ਗਾਨੇ, ਚਰਨਾਂ ਦੇ ਹੱਥਾਂ ਵੀ ਪੂਰੇ ਹੋਏ ਨੇ, ਦਿਲਾਂ ਵਿੱਚ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ। ਕਿਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਣਾ ਚਾਹੁੰਦਾ ਏ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਏ। ਕਿਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਣਾ ਚਾਹੁੰਦਾ ਏ, ਤਰ੍ਹਾਂ ਤਰ੍ਹਾਂ ਵਿਛਾਉਂਦਾ ਏ। ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਬਾਹਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਜਿਉਣਾ ਹੁੰਦਾ ਉਸ ਮਰਦ ਦਾ, ਕਿਸੇ ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ। ਨੂਰ ਭਰੀ ਬੰਦ ਕਰਦੇ ਬੀਬਾ, ਝੂਠੀਆਂ ਹੋਰ ਪੂਜੋ ਨਾ ਇਨਸਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਨਾ ਇਨਸਾਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਦੇਵ ਸਿੰਘ ਜੀ ਕ੍ਰਿਸ਼ਨ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸੰਗਤਾਂ ਨੂੰ ਕਵਿਤਾ ਰਾਹੀਂ ਆਪਣੇ ਖਿਆਲ ਪੇਸ਼ ਕੀਤੇ ਨੇ। ਸਾਰ ਸੰਗਤ ਜੀ, ਇਸ ਵੇਲੇ ਗੁਰਦੁਆਰਾ ਸਾਹਿਬ ਮੈਨ ਦੁਆਬ ਦੀ ਸੰਗਤ ਵੱਲੋਂ ਇੱਕ ਸ਼ਰਧਾਂਜਲੀ ਸਰਗਵਾਸੀ ਸਰਦਾਰ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਪੇਸ਼ ਕਰਨਗੇ। ਆਸ ਕਰਦੇ ਹਾਂ ਕਿ ਬੀਬੀ ਗੁਰਮੀਤ ਕੌਰ ਸੁਪਤਨੀ ਸਰਗਵਾਸੀ ਸਰਦਾਰ ਕਿਰਪਾਲ ਸਿੰਘ ਜੀ ਸਟੇਜ ਉੱਤੇ ਆ ਕੇ ਉਸ ਸ਼ਰਧਾਂਜਲੀ ਭੇਟਾ ਕਰ ਲੈਣ। ਇਸ ਸ਼ਰਧਾਂਜਲੀ ਭੇਟਾ ਕਰਨ ਵਾਸਤੇ ਸਰਦਾਰ ਹਰਬੰਸ ਸਿੰਘ ਗੁਰਦੁਆਰੇ ਦੇ ਪ੍ਰਧਾਨ ਅਤੇ ਸਰਦਾਰ ਜਸੂਦੇਵ ਸਿੰਘ ਮੀਤ ਪ੍ਰਧਾਨ
ਸਟੇਜ ਤੇ ਆ ਜਾਣ ਤੇ ਬੀਬੀ ਗੁਰਮੀਤ ਨੂੰ ਵੀਰ ਗੁਰਮੀਤ ਕੌਰ ਜੀ ਨੂੰ ਸ਼ਰਧਾਂਜਲੀ ਭੇਟਾ ਕਰਨਗੇ। ਸਰਦਾਰ ਸੁਰਗਵਾਸੀ ਸਰਦਾਰ ਕਿਰਪਾਲ ਸਿੰਘ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਨਾਲ ਹੀ ਪ੍ਰਧਾਨ ਸਾਹਿਬ ਅਤੇ ਮੀਤ ਪ੍ਰਧਾਨ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਸ ਵੇਲੇ ਆਨੰਦ ਸਾਹਿਬ ਦੇ ਪਾਠ ਸ਼ੁਰੂ ਕੀਤੇ ਜਾਣਗੇ। ਸੰਗਤਾਂ ਜੀ ਨੇ ਇਸ ਰਾਹੀਂ ਬੈਠ ਕੇ ਪਾਠ ਸੁਣਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਬਾਧਾ। ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਬਸਾ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਾਨੂ ਮੇਰਿਆ ਤੂੰ ਹਰ ਨਾਰਗੋ। ਤੂੰ ਮਾਨੂ ਮੇਰੇ ਦੁੱਖ ਸਾਬੇ ਸਾਰਣਾ, ਅੰਗੀਕਾਰੋ ਕਰੇ ਤੇਰਾ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾ। ਕਹਿ ਨਾਨਕ ਮਾਨੂ ਮੇਰੇ ਸਦਾ ਰਹੁ ਗਰਨਾਲੇ। ਧਰਮ ਨੇ ਗਾਰਿਆ ਸਿੱਖੀ ਕੇਸਾਂ, ਸਵਾਸਾਂ ਸੰਗ ਨਿਵਾਹੀ, ਤਿਨਾਂ ਦੀ ਕਮਾਈ ਵੱਲ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਗੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਸ਼ਹਿਰਿਆ। ਦੇਗ ਤੇਗ ਫਤਿਹ ਬਿਰਧ ਕੀ ਪੈਚ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਖਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾਤਾ ਹਰ ਜੀਓ। ਛਿੰਨਣ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦਰੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਗੁਰਦੁਆਰਾ ਮੇਂਦੂ ਆਪ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਵੱਲੋਂ ਤੇ
ਸਰਦਾਰ ਸਵਰਗਵਾਸੀ ਕਿਰਪਾਲ ਸਿੰਘ ਡਿਓ ਦੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਸਰਦਾਰ ਕਿਰਪਾਲ ਸਿੰਘ ਦੀ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਸਮੂਹ ਸਾਧ ਸੰਗਤ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਦਰਬਾਰ ਸਜਾਏ ਗਏ ਸੱਚੇ ਪਾਤਸ਼ਾਹ ਜੀ ਉਹ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ਬਦ ਕੀਰਤਨ ਹੋਏ ਹਨ। ਸੱਚੇ ਪਾਤਸ਼ਾਹ ਜੀ ਉਹ ਗੁਰਮਤਿ ਵਿਚਾਰਾਂ ਹੋਈਆਂ ਹਨ। ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਗੁਰਮਤਿ ਵਿਚਾਰ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਬੱਚਿਆਂ ਪਾਸੋਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣ। ਅਗਾਂਹ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਅਤੇ ਬਾਣੀ ਦਾ ਭਾਵ ਉਸ ਵਿਛੜੇ ਆਤਮਾ ਨੂੰ ਪਹੁੰਚਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਾਧ ਸੰਗਤ ਦੀ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਦਰਿਆਈ ਸਾਧ ਸੰਗਤ ਦੇ ਹਾਜ਼ਰੀ ਤਿਲ ਫੁੱਲ ਭਟਾਵਾਂ ਦਰ ਤੇ ਪ੍ਰਵਾਨ ਕਰਨੀ ਆ। ਸੱਚੇ ਪਾਤਸ਼ਾਹ ਸਮੂਹ ਪ੍ਰਬੰਧਕ ਕਮੇਟੀ ਨੂੰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ। ਇਸ ਵੇਲੇ ਛੇ ਪੌੜੀਆਂ ਆਨੰਦ ਸਾਹਿਬ ਪਾਠ ਦੀ ਅਰਦਾਸ ਅੱਖਰਵਾਦ ਘਾਟ ਪੁਲ ਚ ਕਮਾਨ ਮਾਫ਼ ਕਰਨੀ, ਅੱਜ ਦੇ ਸਮੁੱਚੇ ਲੰਗਰ ਦੀ ਸੇਵਾ ਸਮੂਹ ਸਾਧ ਸੰਗਤ ਵੱਲੋਂ ਕੀਤੀ ਗਈ, ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿਜਵਰਤਾਂ ਦੀ ਆਗਿਆ ਹੋਵੇ। ਕਰੋ ਕਿਰਪਾ ਸਤਿਗੁਰੂ ਜੀ, ਆਪ ਜੀ ਆਪਣਾ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਹੁਕਮਨਾਮੇ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਸਹੀ ਪਿਆਰੇ ਮੇਲ ਕਰਾਉਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਮ ਲੈਂਗੇ। ਵਾਹਿਗੁਰੂ ਨਾਮ ਜਹਾਜ ਗੈ ਸੁਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸਾ, ਸੋ ਗਮਰੀ ਰਕਸ਼ਾ ਕਰੇ ਗੁਰ ਕਲਗੀ ਧਾਰ ਜਗਦੀਸ਼, ਸੋ ਗਮਰੀ ਰਕਸ਼ਾ ਕਰੇ ਗੁਰ ਕਲਗੀ ਧਾਰ ਜਗਦੀਸ਼, ਬੋਲੇ ਸੋਨੇ ਹਾਲ ਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ, ਕਿਆ ਲਾਗੈ ਮੇਰਾ। ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ
शरण आए जियो मैं असार खींच तुम्हें मेरा सब दुख गवाए जियो सतनाम श्री वाहे गुरु साहिब जियो टोडी महला पंजवा सतगुर आयो शरण तुहारी मिले सुख नाम हर सुबा चिंता लाहे हमारी सतगुर आयो शरण तुहारी मिले सुख नाम हर सोबा चिंता लाहे हमारी राव अवर ना सुजै दूजी ठहर हार पर्यो तो द्वारी लेखा छोड़ अलेख छूटे हम निर्गुण ले हो बारी सद बख्शंद सदा मेहरबाना सबना दे आधारी नानक दास संत पाछे परयो राख ले हो ए बारी सद बख्शंद सदा मेहरबाना सबना दे आधारी नानक दास संत पाछे परयो राख ले हो एहे बारी वाहिगुरु जी का खालसा वाहिगुरु जी की फतेह गुरु की साजी नवाजी सात संगत जीओ अज आपां सारे एकत्र होए हां स्वर्गवासी सरार कृपाल सिंह जो कि साड़ी पंजाबियां दी शान सन क्योंकि मैं पहला 2 साल तामपिंड गुरुद्वारे सेवा की है बड़ा नाम सुनते होंगे सी जो मैं इत्थे आया तो बहुत ही इस फैमिली दे नाल प्यार पै गया क्योंकि जिन्हां नूं तुसीं वेख्या होवे ना जिन्हां नाल प्यार होवे जो ओ दुनिया चो चले जाण ना तो बहुत दुख होंदा है उदां तां सारी दुनिया विच कोई ना कोई आ रहा है कोई जा रहा है लेकिन जिहदे नाल अटैचमेंट हुंदी है बंदे दी कुदरती गल है आ देखो आपां सारे आए हाँ किसी ना किसी तरीके दे नाल जरूर आपां सरदार कृपाल सिंह दे नाल जुड़े होवांगे इस करके आपां सारे इत्थे पहुंचे हाँ सो कहण तो भाव है जिहड़ा अटैचमेंट जिन्नी ज्यादा होगी उन्नू उन्ना ही ज्यादा दुख होंदा है सब तो ज्यादा दुख बीबी गुरमीत कौर नूं उस तो बाद उन्हां दे बच्चियां नूं क्योंकि माता पिता दोबारा नहीं मिलते ये सच है क्योंकि सच्चे पातशाह ये जो रीत इस तरह की बनाई है आवन जान एक खेल बनाया आज्ञाकारी की नहीं माया कोई चला जाता है कोई आ जाता है लेकिन सब तो वड्डा दुख हुंदा है विछोड़े का दुख जदों अपना कोई दुनिया तो चला जाता है क्योंकि ये ओही जानता है जिस तन लागै सोई जाना कौन जाने पीर पराई जिन्हों दुख है असी ठीक हाँ
ਅਸੀਂ ਉਹਨਾਂ ਦਾ ਦੁੱਖ ਵੰਡਾਉਣ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਆਏ ਹਾਂ, ਲੇਕਿਨ ਜੋ ਘਾਟਾ ਉਸ ਪਰਿਵਾਰ ਨੂੰ ਪਿਆ ਹੈ ਇਹ ਨਾ ਕਦੇ ਪੂਰੇ ਹੋਣ ਵਾਲਾ ਘਾਟਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਪਰਿਵਾਰ ਨੂੰ ਹੌਸਲਾ ਬਖਸ਼ਿਸ਼ ਕਰਨ, ਬਲ ਬਖਸ਼ਿਸ਼ ਕਰਨ ਇਸ ਦੁੱਖ ਦੀ ਘੜੀ ਵਿੱਚ, ਕਿਉਂਕਿ ਸਾਡੇ ਕੋਲ ਕੁਝ ਵੀ ਨਹੀਂ ਹੈ, ਅਸੀਂ ਸਿਰਫ ਗੁਰਬਾਣੀ ਦਾ ਟੇਕ, ਗੁਰਬਾਣੀ ਦਾ ਆਸਰਾ ਲੈਣਾ ਹੈ। ਅਤੇ ਗੁਰਬਾਣੀ ਸਾਨੂੰ ਸਮਝਾਉਂਦਾ ਯਤਨ ਕਰਦੀ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਯੂ ਆਰ ਦਾ ਮਾਸਟਰ ਸੋ ਯੂ ਆਈ ਪ੍ਰੇ, ਦਿਸ ਲਾਈਫ ਐਂਡ ਬਾਡੀ ਆਰ ਯੂਅਰ ਗਿਫਟਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਯੂ ਆਰ ਦਾ ਮਦਰ ਐਂਡ ਦਾ ਫਾਦਰ, ਵੀ ਆਰ ਯੂਅਰ ਚਿਲਡਰਨ, ਇਨ ਯੂਰ ਮਰਸੀ ਅਲੋਂਗ ਰੈਸਟ ਅਵਰ ਐਵਰੀ ਜਾਏ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਨੋ ਵਨ ਨੋਨਸ ਯੂਅਰ ਐਕਸਟੈਂਟ, ਯੂ ਓ ਲਾਰਡ ਆਰ ਦਾ ਹਾਈਐਸਟ ਆਫ ਦਾ ਹਾਈ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਆਲ ਕ੍ਰੀਏਸ਼ਨ ਇਜ ਐਟ ਯੂਅਰ ਕਮਾਂਡ, ਫਰੋਮ ਯੂਰ ਕਮਸ ਦ ਆਰਡਰ ਆਫ ਕ੍ਰੀਏਸ਼ਨ, ਤੁਮਰੀ ਗਤ ਵਿੱਚ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ, ਯੂਅਰ ਵੇਜ ਐਂਡ ਮੀਨਸ ਆਰ ਨਾਨ ਓਨਲੀ ਟੂ ਯੂ ਨਾਨਕ, ਯੂਅਰ ਸਲੇਵ ਇਜ ਐਵਰੀ ਸੈਕਰੀਫਾਈਸ ਅਨ ਟੂ ਯੂ। ਅਸੀਂ ਉਸ ਅਕਾਲ ਪੁਰਖ ਦਾ ਦੇਣ ਨਹੀਂ ਦੇ ਸਕਦੇ, ਲੇਕਿਨ ਅਸੀਂ ਅਰਦਾਸ ਕਰ ਸਕਦੇ ਹਾਂ ਸੱਚੇ ਪਾਤਸ਼ਾਹ, ਕਿਉਂਕਿ ਜ਼ਿੰਦਗੀ ਵਿੱਚ ਜਾਣੇ ਅਣਜਾਣੇ ਦੇ ਵਿੱਚ ਇਨਸਾਨ ਕੋ ਗਲਤੀਆਂ ਹੋ ਜਾਂਦੀਆਂ ਹਨ, ਅਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਰਦਾਰ ਕਿਰਪਾਲ ਸਿੰਘ ਵਾਸਤੇ ਅਰਦਾਸ ਕੀਤੀ ਹੈ, ਕਿਉਂਕਿ ਪਤਾ ਨਹੀਂ ਕਿਹੜੀ ਰੂਹ ਤੁਹਾਡੇ ਵਿੱਚੋਂ ਇਸ ਤਰ੍ਹਾਂ ਦੀ ਹੈ ਜਿਹੜੀ ਪਤੀ ਪਰਮਾਤਮਾ ਦੇ ਨਾਲ ਕਿਵੇਂ ਜੁੜੀ ਹੈ, ਕੀ ਪਤਾ ਕਿਹਦੀ ਅਰਦਾਸ ਕਬੂਲ ਹੋ ਜਾਣੀ ਹੈ। ਅਤੇ ਉਸ ਅਕਾਲ ਅਰਦਾਸ ਕੀਤੀ ਹੋਈ ਉਸ ਵਿਛੜੀ ਹੋਈ ਆਤਮਾ ਦੀ ਜੋ ਆਪਾਂ ਬਾਣੀ ਪੜ੍ਹੀ ਹੈ, ਇਹ ਸਾਰਾ ਫਲ ਉਸ ਨੂੰ ਪਹੁੰਚਾਉਣਾ, ਇਹ ਵੀ ਆਪਾਂ ਅਰਦਾਸ ਕੀਤੀ ਹੈ। ਅੱਜ ਦਾ ਜੋ ਵਾਕ ਆਇਆ ਹੈ ਬਹੁਤ ਹੀ ਸੁੰਦਰ ਵਾਕ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਗ 713 713 ਤੋਂ ਲੈ ਕੇ 713 ਤੱਕ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਦੋਂ ਮਨ ਕਰਕੇ ਭਰੋਸਾ ਕਰਕੇ ਕੋਈ ਵੀ ਗੁਰੂ ਦੇ ਚਰਣਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਉਸਦੇ ਸਾਰੇ ਦੁੱਖ ਨਿਵਰਤ ਕਰ ਦਿੰਦੇ ਹਨ। ਦੇਖੋ ਇਹ ਜੋ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤਾਂ ਹਵਾ ਦੀ ਤਰ੍ਹਾਂ ਹੁੰਦੀਆਂ ਹਨ ਚੀਜ਼ਾਂ, ਕਿਉਂਕਿ ਦੁੱਖ ਵੀ ਆ ਜਾਂਦਾ ਹੈ, ਲੇਕਿਨ ਸੱਚਾ ਸਿੱਖ, ਸੱਚਾ ਭਗਤ, ਸੱਚਾ ਸ਼ਰਧਾਲੂ ਉਹ ਹੈ ਜਿਹੜਾ ਫਿਰ ਡੋਲਦਾ ਨਹੀਂ, ਜਿਹੜਾ ਫਿਰ ਜੋ ਘੜੀ ਆ ਗਈ ਹੈ ਦੁੱਖ ਦੀ ਕੋਈ ਗੱਲ ਨਹੀਂ, ਕਿਉਂਕਿ ਇਹ ਤਾਂ ਇੱਕ ਰੀਤ ਹੈ। ਇਸ ਨੂੰ ਆਪਾਂ ਗੁਰਬਾਣੀ ਪੜ੍ਹਨੀ ਹੈ ਜਿੰਨੀ ਹੋ ਸਕੇ, ਉਸ ਵਿਛੜੀ ਹੋਈ ਰੂਹ ਵਾਸਤੇ ਜਿੰਨੀ ਹੋ ਸਕੇ ਅਸੀਂ ਗੁਰਬਾਣੀ ਪੜ੍ਹਨੀ ਹੈ, ਇਹਨਾਂ ਦੇ ਬੱਚਿਆਂ ਨੇ ਪੜ੍ਹਨੀ ਹੈ, ਬੀਬੀ ਗੁਰਮੀਤ ਕੌਰ ਜੀ ਨੇ ਪੜ੍ਹਨੀ ਹੈ, ਜਿੰਨਾ ਵੀ ਹੋ ਸਕੇ ਬਾਣੀ ਪੜ੍ਹਨੀ, ਕਿਉਂਕਿ ਪਿੱਛੇ ਰੋਣਾ ਨਹੀਂ, ਅਸੀਂ ਰੋਣਾ ਸਾਨੂੰ ਗੁਰੂ ਨੇ ਨਹੀਂ ਦੱਸਿਆ, ਠੀਕ ਹੈ ਮਨ ਵਿੱਚ ਆ ਜਾਂਦਾ ਕਾਕੂ, ਆਂਸੂ ਆ ਜਾਂਦੇ ਹਨ, ਉਹਨਾਂ ਦੇ ਤਾਂ ਚਲੋ ਕਲੋਜ਼ ਸੀ, ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਸੀ, ਦੂਸਰਿਆਂ ਨਾਲ ਵੀ ਆ ਜਾਂਦੇ ਹਨ, ਸਾਡੇ ਵਰਗਿਆਂ ਨੂੰ ਵੀ ਆ ਜਾਂਦੇ ਹਨ ਜਿਹਨਾਂ ਦੇ ਕਲੋਜ਼ ਹੋਣ। ਅਵਰ ਨਾ ਦੂਜਾ ਸੂਜੈ ਦੂਜੀ ਠਾਹਰ, ਸੱਚੇ ਪਾਤਸ਼ਾਹ ਸਮਝਾਉਣ ਤਾਂ ਯਤਨ ਕਰਕੇ ਮੈਨੂੰ ਹੋਰ ਕੋਈ ਜਗ੍ਹਾ ਨਹੀਂ ਲੱਭਦੀ ਤਿਰਤ, ਕਿਉਂਕਿ ਹਾਰ ਪਰਿਓ ਤੋਂ ਉਦਾਰੀ, ਜਦੋਂ ਫਿਰ ਇਨਸਾਨ ਕੀ ਕਰਦਾ ਨਾ ਇੱਧਰ ਉੱਧਰ ਭੱਜਾ ਫਿਰਦਾ ਹੈ, ਜਦੋਂ ਫਿਰ ਕਿਤੇ ਗੱਲ ਨਹੀਂ ਨਾ ਬਣਦੀ, ਫਿਰ ਸੱਚੇ ਪਾਤਸ਼ਾਹ ਕੇ ਅਰਦਾਸ ਕਰ, ਮੇਰੇ ਮਾਲਕਾ ਮੈਂ ਤਾਂ ਸਾਰੀ ਉਮਰ ਭੁੱਲਿਆ ਹੀ ਰਿਹਾ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਆਇਆ ਕੀ ਕਰਨ ਸਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਸੀਂ ਆਏ ਸਾਂ ਕਿਹੜੇ ਕੰਮ ਤਾਂ ਕਿਹੜੇ ਕੰਮਾਂ ਵਿੱਚ ਅਸੀਂ ਭੱਜੇ ਫਿਰਦੇ ਹਾਂ, ਕਿਰਪਾ ਕਰਨ ਸਤਿਗੁਰੂ। ਅਖਰੀ ਜੋ ਲਾਸਟ ਲਾਈਨ ਆ ਸੱਚੇ ਪਾਤਸ਼ਾਹ ਸਮਝਾਉਂਦਾ ਯਤਨ ਕਰਦੇ ਹਨ, ਲੇਖਾ ਛੋੜ ਅਲੇਖਾ ਛੂਟੇ ਹਮ ਨਿਰਗੁਣ ਲੇਹੋ ਉਬਾਰੇ, ਸੱਚੇ ਪਾਤਸ਼ਾਹ ਅਸੀਂ ਤਾਂ ਪਾਪਾਂ ਦੇ ਭਰੇ ਹੋਏ ਹਾਂ, ਸਾਡੇ ਕੋਲ ਤਾਂ ਖਿਣ ਖਿਣ ਗਲਤੀਆਂ ਹੁੰਦੀਆਂ ਹਨ, ਅਸੀਂ ਆ ਕੇ ਕਿਉਂਕਿ
ਸੱਚੇ ਪਾਤਸ਼ਾਹ ਜਿੰਨੀਆਂ ਮਰਜ਼ੀ ਕੋਈ ਬੰਦਾ ਗਲਤੀਆਂ ਕਰ ਦੇਵੇ ਨਾ, ਆ ਕੇ ਭੁੱਲ ਬਖਸ਼ਾ ਲਏ ਸੱਚੇ ਪਾਤਸ਼ਾਹ ਕੇ, ਸੱਚੇ ਪਾਤਸ਼ਾਹ ਮੇਰੇ ਕੋ ਭੁੱਲ ਹੋ ਗਈ ਹੈ, ਮੇਰੇ ਕੋ ਭੁੱਲ ਹੋ ਗਈ, ਮੈਂ ਕਲਜਗੀ ਜੀਵ ਹਾਂ, ਤੁਸੀਂ ਮੈਨੂੰ ਬਖਸ਼ ਦਿਓ। ਸੱਚੇ ਪਾਤਸ਼ਾਹ ਬਖਸ਼ ਦਿੰਦੇ ਹਨ, ਕਿਉਂਕਿ ਹਮੇਸ਼ਾ ਹੀ ਦਿਆਲਤਾ ਦੇ ਘਰ ਦੇ ਵਿੱਚ ਰਹਿਣ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਦੇ। ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਦਾ ਹੀ ਸੱਚੇ ਪਾਤਸ਼ਾਹ ਮਿਹਰ ਰਹਿੰਦਾ ਹੈ, ਸਿਰਫ ਉਹਨੂੰ ਚੇਤੇ ਕਰਨ ਦੀ ਲੋੜ ਹੈ। ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ। ਇਹ ਵਾਰੀ ਕਿਰਪਾ ਕਰ ਸੱਚੇ ਪਾਤਸ਼ਾਹ ਸਾਡਾ ਜੋ ਇਹ ਜੀਵਨ ਹੈ ਆਪ ਦੇ ਚਰਨਾਂ ਦੇ ਵਿੱਚ ਲੱਗ ਜਾਵੇ, ਸਾਡਾ ਦੁਨੀਆਂ 'ਤੇ ਆਇਆ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਦਾਸ ਕੋਲੋਂ ਬੇਅੰਤ ਹੀ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਤ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਹੈ। ਰਾਗੀ ਜਥਾ ਗਿਆਨੀ ਜਨਕ ਸਿੰਘ, ਗਿਆਨੀ ਜਤਿੰਦਰ ਸਿੰਘ ਅਤੇ ਭੈਣ ਹਰਚਰਨ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ਹੈ। ਨਾਲੇ ਹੀ ਭਾਈ ਸਾਹਿਬ ਭਾਈ ਹਰਚਰਨ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਅਤੇ ਸਿਮਰਨ ਦੇ ਨਾਲ ਜੋੜ ਕੇ ਰੱਖਿਆ ਹੈ। ਸੇਵਾਦਾਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਵੇਰ ਤੋਂ ਲੱਗ ਕੇ ਸੇਵਾ ਲੰਗਰ ਸਦਾਉਣ ਦੇ ਵਿੱਚ ਹੱਟ ਵਟਾਇਆ ਹੈ। ਗੁਰੂ ਜੀ ਸੇਵਾਦਾਰਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ। ਕੰਮਮ ਪੰਨੰਗ ਗੁਰਦੁਆਰਾ ਸੈਟਲਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਰੋਟੀਆਂ ਬਣਾਉਣ ਵਿੱਚ ਹੱਥ ਵਟਾਇਆ ਹੈ। ਸਾਧ ਸੰਗਤ ਜੀ, ਆਉਣ ਵਾਲੇ ਪ੍ਰੋਗਰਾਮ ਇਸ ਪ੍ਰਕਾਰ ਹਨ, ਆਪ ਜੀ ਨੇ ਨੋਟ ਕਰ ਲੈਣਾ। ਨੌ ਤਰੀਕ ਸ਼ੁੱਕਰਵਾਰ 6:45 ਤੋਂ 9:15 ਸ਼ਾਮ ਨੂੰ ਸਿਮਰਨ ਗੁਰਮੰਤਰ ਦਾ ਪ੍ਰੋਗਰਾਮ ਹੈ। ਉਸ ਤੋਂ ਉਪਰੰਤ 11 ਤਰੀਕ ਐਤਵਾਰ 8:30 ਸਵੇਰੇ ਤੋਂ 9:30 ਸਵੇਰੇ ਹਫ਼ਤਾਵਾਰੀ ਦੀਵਾਨ ਜਪਜੀ ਸਾਹਿਬ ਅਤੇ ਚੌਪੀ ਸਾਹਿਬ ਦੇ ਪਾਠ ਹੋਣਗੇ, ਗੁਰੂ ਕਾ ਲੰਗਰ ਵਰਤਾਇਆ ਜਾਵੇਗਾ। ਉਸ ਤੋਂ ਉਪਰੰਤ 15 ਤਰੀਕ ਵੀਰਵਾਰ ਜੇਠ ਦੀ ਸੰਗਰਾਂਦ ਹੈ, 6:45 ਸ਼ਾਮ ਤੋਂ 9:15 ਸ਼ਾਮ ਨੂੰ 6:45 ਸ਼ਾਮ ਤੋਂ 8:15 ਦੇ ਸ਼ਾਮ ਦੇ ਵੇਲੇ ਜੇਠ ਮਹੀਨੇ ਦੀ ਸੰਗਰਾਂਦ ਕੀਰਤਨ ਕਥਾ ਅਤੇ ਸਿਮਰਨ ਦਾ ਪ੍ਰੋਗਰਾਮ ਹੋਵੇਗਾ। ਆਪ ਜੀ ਨੇ ਜ਼ਰੂਰੀ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਨੀ, ਇਸ ਵਿੱਚ ਦੇਖ ਵਰਤਾਈ ਜਾਵੇਗੀ। ਉਸ ਤੋਂ ਉਪਰੰਤ ਲੰਗਰ ਤਿਆਰ ਹੈ, ਸਾਰੀ ਸੰਗਤਾਂ ਨੇ ਲੰਗਰ ਛੱਕ ਕੇ ਫਿਰ ਆਪੋ ਆਪਣੇ ਕੰਮਾਂ ਨੂੰ ਜਾਂ ਘਰਾਂ ਨੂੰ ਚਾਲੇ ਪਾਉਣੇ। ਦਾਸ ਤੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਦਾਸ ਕਿਮਾ ਦੇ ਜਾਚਕ ਹੈ ਅਤੇ ਦਾ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪ ਲਓ ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਵਾਹੇ। ਸਭਨਾ ਜੀਆਂ ਕਾ ਏਕੋ ਦਾਤਾ, ਸਭਨਾ ਜੀਆਂ ਕਾ ਏਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭੇ ਬੋਲੋ ਵਾਹਿਗੁਰੂ ਜੀ, ਅੰਗ ਸੰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਭੇ ਬੋਲੋ ਵਾਹਿਗੁਰੂ ਜੀ, ਜਪ ਲਓ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ।